بسم اللہ الرحمن الرحیم نحمدہ و نصلی علی رسول الکریم. السلام علیکم جی بیلیو مترو سجنوں بھراؤ، کی حالے نے، کیسیاں طبیعتاں نے، مزاج ٹھیک نے؟ پچھلے پروگرام جو تہاڈی خیریت دریافت کردہ کردہ آپ موسمی بخار کا شکار ہو گیا، گلا بھی تین چار دن خراب رہا، بخار ہلکا جہا آدھا رہا، الحمدللہ بہتری اج ہے. ਅਤੇ ਮੈਂ ਕਿਹਾ ਭਰਾਵਾਂ ਦੇ ਨਾਲ ਗੱਪ ਸ਼ੱਪ ਲਾ ਲਈਏ, ਹਾਲ ਚਾਲ ਪੁੱਛ ਲਈਏ, ਸਿਹਤਾਂ ਦੇ ਮਿਜ਼ਾਜ ਪੁੱਛ ਲਈਏ, ਕੈਸੇ ਨੇ, ਕੈਸੀ ਜ਼ਿੰਦਗੀ ਚੱਲ ਰਹੀ ਹੈ, ਮਾਮਲਾਤ ਕੈਸੇ ਚੱਲ ਰਹੇ ਨੇ. ਔਰ ਬੜੀ ਬੜੀ ਨਾਲੇ ਮੁਬਾਰਕਬਾਦ ਅਤੇ ਸਾਰੇ ਪਾਕਿਸਤਾਨੀਆਂ ਨੂੰ ਅਤੇ ਸਾਰੇ ਬਲਕਿ ਕਬੱਡੀ ਦੇ ਨਾਲ ਪਿਆਰ ਕਰਨ ਵਾਲੇ ਵੀਰਾਂ ਨੂੰ ਕਿ ਅਲਹਮਦੁਲਿਲਾ ਪਾਕਿਸਤਾਨ ਵਰਲਡ ਕੱਪ ਲੈ ਕੇ ਆਇਆ, ਆਲਮੀ ਕੱਪ ਲੈ ਕੇ ਆਇਆ ਕਬੱਡੀ ਦੇ ਮੈਦਾਨ ਦੇ ਵਿੱਚੋਂ. ਅਤੇ ਬੜੀ ਮਾਣਯੋਗ ਗੱਲ ਹੈ, ਅਲਹਮਦੁਲਿਲਾ ਅਲਹਮਦੁਲਿਲਾ. ਫਰਵਰੀ ਇਸ ਦਫ਼ਾ ਵੀ ਅੱਲਾਹ ਪਾਕ ਦੇ ਫਜ਼ਲ ਨਾਲ ਪਾਕਿਸਤਾਨੀਆਂ ਵਾਸਤੇ ਮੁਬਾਰਕ ਸਾਬਤ ਹੋਇਆ ਔਰ ਅਸੀਂ ਕਬੱਡੀ ਦਾ ਵਰਲਡ ਕੱਪ ਲਿਆਉਣ ਦੇ ਵਿੱਚ ਕਾਮਯਾਬ ਹੋਏ. ਅੱਲਾਹ ਕਰੀਮ ਸਾਡੇ ਮੁਲਕ ਨੂੰ ਹੋਰ ਤਰੱਕੀਆਂ ਦੇਵੇ, ਹੋਰ ਸ਼ਾਨਾਂ ਦੇਵੇ ਔਰ ਹੋਰ ਇੱਜ਼ਤਾਂ ਦੇਵੇ ਔਰ ਸਾਰੇ ਮਿਲ ਕੇ ਇਹਦਾ ਮਾਣ ਵਧਾਉਂਦੇ ਰਹੀਏ. ਅੱਜ ਫਿਰ ਯਾਰ ਸੱਜਣ ਇਕੱਠੇ ਆਏ ਅਤੇ ਮਿਹਰਬਾਨੀ ਆ ਯਾਦਤ ਲਈ ਵੀ ਕਿ ਦੋਸਤ ਤਸ਼ਰੀਫ ਲਿਆਏ. ਗੱਪ ਸ਼ੱਪ ਚੱਲ ਰਹੀ ਸੀ, ਅਸੀਂ ਕਿਹਾ ਵੀ ਦੋਸਤਾਂ ਭਰਾਵਾਂ ਨੂੰ ਵੀ ਸਲਾਮ ਕਰ ਲਈਏ. ਅਤੇ ਇੱਕ ਹੋਰ ਯਾਰ, ਮੈਂ ਇੱਕ ਹੋਰ ਚੀਜ਼ ਜ਼ਰਾ ਦੱਸਦਾ ਜਾਵਾਂ ਦੋਸਤਾਂ ਨੂੰ ਕਿ ਜਿਹੜਾ ਅਸੀਂ ਤਾਂ ਸ਼ੇਰ ਸੁਣਾਉਂਦੇ ਹਾਂ, ਹਰ ਦਫ਼ਾ ਆਪਦੇ ਸ਼ੇਰ ਸੁਣਾ ਕੇ ਅਸੀਂ ਭੱਜ ਜਾਈਦਾ, ਠੀਕ ਹੈ? ਅਤੇ ਅਸੀਂ ਇਹ ਸੋਚ ਰਹੇ ਸੀ ਵੀ ਉਹ ਇੱਕ ਸ਼ੇਰ ਸੀ ਕਿ ਜ਼ੇਬ ਆਪਣੀ ਹੀ ਕਹੇ ਜਾਤੇ ਹੋ, ਲੋਕ ਬੇਜ਼ਾਰ ਵੀ ਹੋ ਸਕਤੇ ਹੈ, ਬਲਕਿ ਯਾਰ ਬੇਜ਼ਾਰ ਵੀ ਹੋ ਸਕਤੇ ਹੈ. ਅਤੇ ਇੱਕ ਸਿਲਸਿਲਾ ਸ਼ੁਰੂ ਕਰਦੇ ਪਏ ਹਾਂ ਯਾਰ, ਕਦੀ ਕਦਾਰ ਜਿਹੜੀ ਗੱਪ ਸ਼ੱਪ ਆਪਣੀ ਹੋਏਗੀ. ਅਤੇ ਸਾਰੀ ਮਾਸ਼ਾਅੱਲਾ ਜ਼ਾਹਿਰ ਬਾ ਜ਼ੌਕ ਦੋਸਤ ਨੇ ਜਿਹੜੇ ਜੁਆਇਨ ਕਰਦੇ ਨੇ, ਬੜੇ ਇਲਮੀ ਅਦਬੀ ਦੋਸਤ ਹੈ ਨੇ, ਬੜਾ ਅੱਛਾ ਜ਼ੌਕ ਰੱਖਣ ਵਾਲੇ, ਬੜਾ ਅੱਛਾ ਸ਼ੇਰੀ ਜ਼ੌਕ ਰੱਖਣ ਵਾਲੇ ਦੋਸਤ ਨੇ. ਅਤੇ ਤਦੀ ਵਕਤ ਮਿਲਦਾ ਹੈ ਤੁਹਾਡਾ, ਅੱਲਾਹ ਤੁਹਾਨੂੰ ਸਲਾਮਤ ਰੱਖਣ. ਅਤੇ ਯਾਰ ਤੁਸੀਂ ਆਪਣਾ ਅਗਰ ਕੋਈ ਸ਼ੇਰ ਕਹਿੰਦੇ ਹੋ, ਖੁਦ ਸ਼ੇਰ ਕਹਿੰਦੇ ਹੋ ਅਤੇ ਵਜ਼ਨ ਦੇ ਵਿੱਚ ਕਹਿੰਦੇ ਹੋ, ਜ਼ਰੂਰ ਸਾਡੇ ਨਾਲ ਕੋਮੈਂਟਸ ਦੇ ਵਿੱਚ ਸ਼ੇਅਰ ਕਰਿਆ ਕਰੋ. ਔਰ ਅਗਰ ਇੰਤਖਾਬ ਦੇ ਨਾਲ ਮੁਹੱਬਤ ਹੈ, ਮੁਹਸਨ ਨਕਵੀ ਸਾਹਿਬ, ਫਰਾਜ਼ ਸਾਹਿਬ, ਕਾਸਮੀ ਸਾਹਿਬ, ਪਰਵੀਨ ਸ਼ਾਕਿਰ ਔਰ ਸ਼ਬਨਮ ਸ਼ਕੀਰ, ਰਿਹਾਨਾ ਕਮਰ, ਬੜੇ ਬੜੇ ਨਾਮ ਨੇ ਜਿਹੜੇ ਵੀ ਤੁਹਾਡੇ ਮਹਿਬੂਬ ਸ਼ਾਇਰ ਨੇ ਜਾਂ ਜਿਨ੍ਹਾਂ ਦਾ ਵੀ ਕਲਾਮ ਜਾਂ ਨਜ਼ਮਾਂ ਗਜ਼ਲਾਂ ਤੁਹਾਨੂੰ ਯਾਦ ਹੈ ਨੇ ਜਾਂ ਤੁਹਾਨੂੰ ਅੱਛੀਆਂ ਲੱਗਦੀਆਂ ਨੇ, ਅਤੇ ਉਹ ਵੀ ਸਾਨੂੰ ਕੋਮੈਂਟਸ ਦੇ ਵਿੱਚ ਯਾਰ ਦਿਆ ਕਰੋ. ਅਸੀਂ ਇਨਸ਼ਾਅੱਲਾ ਤਾਲਾ ਤੁਹਾਡਾ ਕਲਾਮ ਜਿਹੜਾ ਹੈ ਉਹ ਤੁਸੀਂ ਭੇਜੋਗੇ ਇੰਤਖਾਬ, ਉਹ ਤੁਹਾਡੇ ਹਵਾਲੇ ਦੇ ਨਾਲ ਦੋਸਤਾਂ ਨੂੰ ਸੁਣਾਇਆ ਕਰਾਂਗੇ ਔਰ ਮਹਿਸੂਸ ਹੋਇਆ ਕਰਾਂਗੇ. ਔਰ ਇਹ ਬਿਲਕੁਲ ਇੱਕ ਨਾ ਸਿਰਫ ਇੱਕ ਇੱਕ ਖਿਦਮਤ ਸ਼ੁਮਾਰ ਹੋਏਗੀ, ਬਲਕਿ ਸਾਡੇ ਵਿੱਚ ਹੋਰ ਜਿਹੜੇ ਦੋਸਤ ਹੈ ਨੇ ਜਿਹੜੇ ਜੁਆਇਨ ਕਰਦੇ ਨੇ ਔਰ ਉਹਨਾਂ ਦੇ ਵਿੱਚ ਵੀ ਯਕੀਨਨ ਅਦਬੀ ਜ਼ੌਕ ਜਿਹੜਾ ਹੈ ਵਧੇਗਾ ਔਰ ਟਾਈਮ ਆਏਗਾ, ਉਹ ਵੀ ਸਾਨੂੰ ਕੁਛ ਨਾ ਕੁਛ ਭੇਜਣਗੇ. ਅਤੇ ਇਹ ਮਸ਼ਵਰਾ ਇੱਕ ਤੁਹਾਡੇ ਨਾਲ ਹੈ, ਸਮਝ ਲਓ ਕਿ ਔਰ ਬਾਅਦ ਕਦ ਐਸਾ ਹੁੰਦਾ ਹੈ ਕਿ ਪ੍ਰੋਗਰਾਮ ਖਤਮ ਹੋ ਜਾਂਦਾ ਹੈ, ਜ਼ਿਆਦਾ ਤੁਹਾਡਾ ਟਾਈਮ ਵੀ ਨਹੀਂ ਬਰਬਾਦ ਕਰਨਾ ਹੁੰਦਾ, ਅੱਧਾ ਪੌਣਾ ਘੰਟਾ ਘੰਟੇ ਦਾ ਪ੍ਰੋਗਰਾਮ ਹੁੰਦਾ. ਅਤੇ ਉਸ ਤੋਂ ਬਾਅਦ ਅਗਰ ਕੋਈ ਤੁਸੀਂ ਸੈਂਡ ਕਰਦੇ ਹੋ ਜਾਂ ਜੁਆਇਨ ਕਰਦੇ ਹੋ ਸਾਨੂੰ ਔਰ ਇਸ ਪ੍ਰੋਗਰਾਮ ਨੂੰ ਦੁਬਾਰਾ ਦੇਖਦੇ ਹੋ, ਅਤੇ ਮੇਰੇ ਭਾਈ ਉੱਥੇ ਵੀ ਤੁਸੀਂ ਆਪਣਾ ਕਲਾਮ ਜਿਹੜਾ ਹੈ ਪੇਸਟ ਕਰ ਸਕਦੇ ਹੋ ਕੋਮੈਂਟਸ ਦੇ ਵਿੱਚ. ਅਸੀਂ ਇਨਸ਼ਾਅੱਲਾ ਤਾਲਾ ਨੈਕਸਟ ਜਿਹੜੀ ਗੱਪਸ਼ੱਪ ਹੋਏਗੀ ਉਹਦੇ 'ਚ ਜਿਹੜਾ ਬਿਹਤਰੀਨ ਕਲਾਮ ਤੁਹਾਡਾ ਹੋਏਗਾ, ਅਸੀਂ ਬਿਲਕੁਲ ਉਹ ਤੁਹਾਡੇ ਹਵਾਲੇ ਦੇ ਨਾਲ ਤੁਹਾਡਾ ਨਾਮ ਲੈ ਕੇ ਦੋਸਤਾਂ ਤੱਕ ਪਹੁੰਚਾਵਾਂਗੇ. ਸ਼ਹਿਜ਼ਾਦ ਡੁੱਗਰ, ਬੜਾ ਪਿਆਰਾ ਭਾਈ ਜੀ, ਤਸ਼ਰੀਫ ਲਿਆਇਆ, ਬੜੀ ਮਿਹਰਬਾਨੀ. ਸ਼ਹਿਜ਼ਾਦ ਆ ਜਾਓ. ਅਤੇ ਮੈਂ ਜਿਹੜੇ ਦੋਸਤਾਂ ਨੇ ਜੁਆਇਨ ਕੀਤਾ ਹੋਇਆ ਜੀ, ਮੈਂ ਸਲਾਮ ਵੀ ਕਰ ਲਾਂ. ਔਰ ਮੁਹੰਮਦ ਅਹਿਮਦ ਫਰੀਦੀ ਸਾਹਿਬ ਟਾਈਮ ਦੇ ਰਹੇ ਨੇ, ਬਹੁਤ ਸ਼ੁਕਰੀਆ ਮੁਹੰਮਦ ਅਹਿਮਦ ਫਰੀਦੀ ਸਾਹਿਬ, ਬੜੀ ਮਿਹਰਬਾਨੀ. ਅਸ਼ਰਫ ਭੱਟੀ ਸਾਹਿਬ ਵਾਚ ਕਰ ਰਹੇ ਨੇ, ਬਹੁਤ ਸ਼ੁਕਰੀਆ ਅਸ਼ਰਫ ਭੱਟੀ ਸਾਹਿਬ. ਔਰ ਸਾਜਿਦ ਅਲੀ ਸਾਹਿਬ ਵਾਚ ਕਰ ਰਹੇ ਨੇ, ਗੁੱਡ ਕਹਿ ਰਹੇ ਨੇ, ਨਾਈਸ, ਬਹੁਤ ਸ਼ੁਕਰੀਆ ਸਾਜਿਦ ਅਲੀ, ਸਲਾਮਤ ਰਹੋ, ਆਬਾਦ ਰਹੋ. ਔਰ ਅਲੀ ਹੈਦਰ ਸਾਹਿਬ ਨੇ, ਵਾਹਲੀਕੁਮ ਅਸਲਾਮ ਵਰਹਿਮਤੁੱਲਾ ਭਾਈ, ਅਲੀ ਹੈਦਰ ਸਲਾਮਤ ਰਹੋ, ਜੀਂਦੇ ਰਹੋ, ਬੜੀ ਮੁਹੱਬਤ ਟਾਈਮ ਦੇ ਰਹੇ ਹੋ, ਬੜੀ ਮਿਹਰਬਾਨੀ. ਤੁਸੀਂ ਵੀ ਜ਼ਬਰਦਸਤ ਸਾਜਿਦ ਅਲੀ ਸਾਹਿਬ, ਔਰ ਬਹੁਤ ਪਿਆਰਾ ਭਾਈ, ਬੜਾ ਬਾਜ਼ੌਕ ਭਾਈ, ਅੱਲਾ ਸਲਾਮਤ ਰੱਖੇ. ਭਾਈ ਸ਼ਬੀਰ ਲੱਕੀ ਸਾਹਿਬ ਨੇ ਜੁਆਇਨ ਕੀਤਾ ਹੋਇਆ, ਬੜੀ ਮਿਹਰਬਾਨੀ ਸ਼ਬੀਰ ਭਾਈ. ਮੈਂ ਦੇਖ ਰਿਹਾ ਭਾਈ ਸਾਡੇ ਹਰ ਲਾਈਵ ਸੈਸ਼ਨ ਨੂੰ ਬੜੇ ਤਸਲਸਲ ਦੇ ਨਾਲ ਔਰ ਬੜੀ ਮੁਹੱਬਤ ਦੇ ਨਾਲ ਜੁਆਇਨ ਕਰ ਰਹੇ ਨੇ, ਟਾਈਮ ਦੇ ਰਹੇ ਨੇ. ਅਤੇ ਕੋਈ ਇੰਤਖਾਬ ਵੀ ਭੇਜਿਆ ਕਰੋ, ਅਸੀਂ ਤੁਹਾਡੇ ਹਵਾਲੇ ਦੇ ਨਾਲ ਇੱਕ ਸਿਲਸਿਲਾ ਹੁਣ ਸ਼ੁਰੂ ਕਰ ਰਹੇ ਹਾਂ.
ਅਤੇ ਉਹ ਕਲਾਮ ਜਨਾਬ ਦਾ ਜਿਹੜਾ ਇੰਤਖਾਬ ਹੋਏਗਾ ਜਨਾਬ ਦੇ ਨਾਮ ਦੇ ਨਾਲ ਦੋਸਤਾਂ ਤੀਕਰ ਪਹੁੰਚਾਇਆ ਕਰਾਂਗੇ। ਬੜੀ ਮਿਹਰਬਾਨੀ ਸ਼ਬੀਰ ਬਾਈ ਨਾਲ ਰਿਹਾ ਜੇ ਚੌਧਰੀ ਨੁਮਾਨ ਆਜ਼ਮ ਸਾਹਿਬ ਦੇਖ ਰਹੇ ਨੇ, ਬਹੁਤ ਸ਼ੁਕਰੀਆ ਨੁਮਾਨ ਆਜ਼ਮ ਭਾਈ, ਅੱਲਾ ਸਲਾਮਤ ਰੱਖਣ, ਔਰ ਛੋਟਾ ਵੀਰ ਅੱਲਾ ਆਬਾਦ ਰੱਖੇ, ਬਾਬਾ ਜੁਨੇਦ ਟਾਈਮ ਦੇ ਰਿਹਾ, ਜੁਨੇਦ ਬਾਈ ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ, ਔਰ ਮਜ਼ਹਰ ਰਿਆਜ਼ ਸਾਹਿਬ ਟਾਈਮ ਦੇ ਰਹੇ ਨੇ, ਬਹੁਤ ਸ਼ੁਕਰੀਆ ਮਜ਼ਹਰ ਰਿਆਜ਼ ਸਾਹਿਬ, ਸਲਾਮਤ ਰਹੋ, ਬੜੀ ਮਿਹਰਬਾਨੀ, ਬੜੀ ਮੁਹੱਬਤ, ਔਰ ਇਸ ਤੋਂ ਇਲਾਵਾ ਤਮਾਮ ਦੋਸਤ, ਔਰ ਬਹੁਤ ਪਿਆਰਾ ਭਾਈ, ਅੱਜ ਕੱਲ੍ਹ PIA ਦੇ ਵਿੱਚ ਆਪਣੀ ਖਿਦਮਾਤ ਸਰ ਅੰਜਾਮ ਦੇ ਰਹੇ ਨੇ, ਔਰ ਲਾਹੌਰ ਹੁੰਦੇ ਨੇ, ਔਰ ਬੜਾ ਬਾਜ਼ੌਕ ਦੋਸਤ, ਅੱਲਾ ਆਬਾਦ ਰੱਖੇ, ਫਹੀਮ ਅਖਤਰ ਭਾਈ, ਬਹੁਤ ਬਹੁਤ ਸ਼ੁਕਰੀਆ ਯਾਰ, ਬੜੀ ਖੁਸ਼ੀ ਹੁੰਦੀ ਹੈ ਤੁਸੀਂ ਇਕੱਠੇ ਹੁੰਦੇ ਹੋ ਇਸ ਗੱਪਸ਼ਪ ਤੋਂ, ਪੂਰੇ ਪਾਕਿਸਤਾਨ ਤੋਂ ਬਾਹਰ ਤੋਂ ਜਿਹੜੇ ਦੋਸਤ ਬੈਠੇ ਹੋਏ ਨੇ ਉਹ ਜੁਆਇਨ ਕਰਦੇ ਨੇ, ਬੜਾ ਅੱਛਾ ਲੱਗਦਾ ਯਾਰ। ਫਹੀਮ ਭਾਈ ਅੱਲਾ ਆਬਾਦ ਰੱਖਣ ਕਿ ਤੁਸੀਂ ਵਕਤ ਕਰਦੇ ਹੋ। ਇਜਾਜ਼ ਕਿਆਨੀ ਸਾਹਿਬ ਸਾਊਦੀ ਅਰੇਬੀਆ ਤੋਂ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਇਜਾਜ਼ ਕਿਆਨੀ ਸਾਹਿਬ, ਬਹੁਤ ਦੂਰ ਤੋਂ ਅਤੇ ਬੜੀ ਮੁਹੱਬਤ ਤੋਂ ਟਾਈਮ ਦੇ ਰਹੇ ਹੋ, ਅੱਲਾ ਤੁਹਾਨੂੰ ਆਬਾਦ ਰੱਖੇ, ਸਾਡੇ ਨਾਲ ਰਿਹਾ ਜੇ ਸਰ, ਬੜੀ ਖੁਸ਼ੀ ਹੁੰਦੀ ਹੈ ਤੁਹਾਡੇ ਰੰਗੇ ਬੜਾ ਟਾਈਮ ਦਿੰਦੇ ਨੇ ਨਾਲ ਆਉਂਦੇ ਨੇ। ਔਰ ਮੈਰ ਅਰਾਈਂ ਸਾਹਿਬ, ਵਾਲੀਕੁਮ ਅਸਲਾਮ ਭਾਈ ਜਾਨ, ਸਲਾਮਤ ਰਹੋ ਤੁਸੀਂ ਵੀ, ਆਬਾਦ ਰਹੋ, ਸਲਾਮਤੀਆਂ ਔਰ ਰਹਿਮਤਾਂ ਮੇਰੇ ਰੱਬ ਦੀਆਂ, ਅਤੇ ਬਹੁਤ ਪਿਆਰਾ ਵੀਰ ਅਤੇ ਬੜਾ ਸੋਹਣਾ ਭਰਾ ਅਤੇ ਮੇਰਾ ਮੱਲੇਦਾਰ ਵੀ ਅਤੇ ਮੇਰਾ ਵੱਡਾ ਭਰਾ ਵੀ, ਮੇਰਾ ਯਾਰ ਵੀ, ਅੱਲਾ ਆਬਾਦ ਰੱਖੇ। ਹਾਜੀ ਨਵਾਜ਼ ਸਾਹਿਬ ਸਾਊਦੀ ਅਰੇਬੀਆ ਤੋਂ ਹੀ ਟਾਈਮ ਦੇ ਰਹੇ ਨੇ ਸਾਨੂੰ। ਹਾਜੀ ਸਾਹਿਬ ਦੁਬਈ ਤੋਂ ਨਾ, ਹਾਂ ਮੈਂ ਅਗਰ ਭੁੱਲਦਾ ਨਹੀਂ ਪਿਆ ਤਾਂ, ਦੁਬਈ ਤੋਂ ਮੇਰਾ ਭਰਾ ਆਇਆ ਖੜਾ ਮੀਆਂ ਨਵਾਜ਼ ਸਾਹਿਬ, ਬਹੁਤ ਸ਼ੁਕਰੀਆ ਬਾਈ ਨਵਾਜ਼, ਬੜੀ ਮਿਹਰਬਾਨੀ, ਨਾਲ ਰਿਹਾ ਜੇ ਦੋਸਤ ਬੈਠੇ ਹਾਂ, ਗੱਪਸ਼ਪ ਚੱਲ ਰਹੀ ਹੈ, ਅਤੇ ਕੋਈ ਮੈਂ ਮਜ਼ੀਦ ਅੱਗੇ ਵਧਣ ਤੋਂ ਪਹਿਲੇ ਦੱਸਦਾ ਜਾਵਾਂ ਕਿ ਇੱਕ ਸ਼ੇਰੋ ਸ਼ਾਇਰੀ ਦਾ ਜਿਹੜਾ ਇੱਕ ਸਿਲਸਿਲਾ ਹੈ ਉਹ ਤੁਹਾਡੇ ਨਾਲ ਵੀ ਯਾਰ, ਅਸੀਂ ਆਪਣਾ ਹੀ ਸੁਣਾ ਕੇ ਚਲੇ ਜਾਈਦਾ, ਅਤੇ ਕੋਈ ਭਰਾਵਾਂ ਦਾ ਵੀ ਸੁਣਿਆ ਕਰੀਏ, ਅਤੇ ਤੁਹਾਡੇ ਕੋਲ ਕੋਈ ਅਗਰ ਅੱਛਾ ਕੌਲ ਹੋਵੇ, ਕੋਈ ਅੱਛੀ ਬਾਤ ਹੋਵੇ, ਕੋਈ ਅੱਛਾ ਸ਼ੇਰ ਹੋਵੇ, ਕੋਈ ਅੱਛੀ ਨਜ਼ਮ ਹੋਵੇ, ਉਹ ਭਾਵੇਂ ਤੁਹਾਡੀ ਆਪਣੀ ਹੋਵੇ ਜਾਂ ਕਿਸੇ ਦੀ ਵੀ ਮੁੰਤਖਬ ਕਰਦਾ ਹੋਵੇ, ਤਾਂ ਜ਼ਰੂਰ ਕਮੈਂਟਸ ਦੇ ਵਿੱਚ ਦਿਆ ਕਰੋ, ਅਸੀਂ ਇਨਸ਼ਾਅੱਲਾ ਬਿਲਕੁਲ ਤੁਹਾਡੇ ਹਵਾਲੇ ਨਾਲ ਸ਼ਾਮਿਲ ਕਰਿਆ ਕਰਾਂਗੇ, ਔਰ ਤੁਸੀਂ ਗੱਪਸ਼ਪ ਦਾ ਮਜ਼ਾ ਆਇਆ ਕਰੇਗਾ। ਔਰ ਅੱਛਾ ਜੀ 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 ਰਿਆਜ਼ ਹੁਸੈਨ ਸਾਹਿਬ, ਬਹੁਤ ਸ਼ੁਕਰੀਆ ਸਰ, ਬੜੀ ਮਿਹਰਬਾਨੀ, ਤੁਸੀਂ ਟਾਈਮ ਦੇ ਰਹੇ ਹੋ ਜੀ, ਬੜੀ ਮਿਹਰਬਾਨੀ, ਬਹੁਤ ਬਹੁਤ ਨਵਾਜ਼ਿਸ਼, ਔਰ ਸਾਡੇ ਨਾਲ ਰਿਹਾ ਜੇ ਫਹੀਮ ਬਾਈ, ਤੁਹਾਡੇ ਲਈ ਬੜੀਆਂ ਮੁਹੱਬਤਾਂ, ਆਬਾਦ ਰਹੋ। ਔਰ ਜੀ ਜੀ ਸ਼ਬੀਰ ਭਾਈ, ਇਹ ਮੁਹੱਬਤਾਂ ਤੁਹਾਡੇ ਲਈ ਹਮੇਸ਼ਾ ਰਹਿਣਗੀਆਂ ਇਨਸ਼ਾਅੱਲਾ ਤਾਲਾ, ਅੱਲਾ ਤੁਹਾਨੂੰ ਸਲਾਮਤ ਰੱਖੇ, ਅਤੇ ਜ਼ਰੂਰ ਸ਼ੇਅਰ ਕਰਨਾ ਜਨਾਬ ਕੁਛ। ਮੁਬਸ਼ਰ ਅਲੀ, ਬਹੁਤ ਸ਼ੁਕਰੀਆ ਬਾਈ, ਤੁਸੀਂ ਵੀ ਬਹੁਤ ਲਵਲੀ ਹੋ, ਅੱਲਾ ਆਬਾਦ ਰੱਖਣ, ਬੜੀ ਮਿਹਰਬਾਨੀ। ਔਰ ਸ਼ਾਹਿਦ ਵਟੂ ਸਾਹਿਬ ਟਾਈਮ ਦੇ ਰਹੇ ਨੇ, ਬੜੀ ਮਿਹਰਬਾਨੀ ਜਨਾਬ। ਔਰ ਉਮੈਰ ਅਰਾਈ ਸਾਹਿਬ, ਅੱਲਾ ਤੁਹਾਨੂੰ ਵੀ ਖੁਸ਼ ਰੱਖੇ, ਮੌਲਾ ਖੁਸ਼ ਰੱਖੇ ਹਮੇਸ਼ਾ, ਤੁਹਾਨੂੰ ਵੀ ਬੜੀ ਬੜੀ ਮਿਹਰਬਾਨੀ ਜੀ। ਹਾਜੀ ਸਾਹਿਬ ਜੱਦਾ ਤੋਂ ਜੀ ਜੀ ਬਿਲਕੁਲ ਬਿਲਕੁਲ ਆਈ ਸਾਹਿਬ, ਮੈਂ ਕਿਹਾ ਵੀ ਪਿਛਲੇ ਦਿਨੋਂ ਦੁਬਈ ਦੀਆਂ ਖਬਰਾਂ ਸੀ, ਮੈਂ ਕਿਹਾ ਸ਼ਾਇਦ ਉੱਥੇ ਹੀ ਹੋਵਾਂ ਨਾਲੀ, ਅਤੇ ਜੱਦਾ ਤੋਂ ਜੀ ਮੀਆਂ ਨਵਾਜ਼ ਸਾਹਿਬ ਟਾਈਮ ਦੇ ਰਹੇ ਨੇ ਸਾਡੇ ਨਾਲ ਨੇ, ਬਹੁਤ ਬਹੁਤ ਸ਼ੁਕਰੀਆ ਜਨਾਬ। ਅਤੇ ਸ਼ੁਰੂ ਕਰਦੇ ਹਾਂ ਜੀ, ਕੁਛ ਨਾ ਕੁਛ ਚਾਇਰੀ ਦਾ ਦੌਰ ਵੀ, ਅਤੇ ਅੱਜ ਮੁਨੀਬ ਜਵੇਦ ਵੀ ਆਇਆ ਹੋਇਆ ਹੈ, ਔਰ ਸ਼ਹਿਜ਼ਾਦ ਡੋਗਰ ਸਾਹਿਬ ਵੀ ਤਸ਼ਰੀਫ ਲਿਆਏ ਹੋਏ ਨੇ, ਅਤੇ ਛੋਟਾ ਵੀਰ ਮੁਰਸ਼ਦ ਸਦੀਕੀ ਵੀ ਜਿਹੜਾ ਉਹਨੇ ਵੀ ਵਕਤ ਕੱਢਿਆ, ਅਤੇ ਬੜੀ ਮਿਹਰਬਾਨੀ ਮੁਰਸ਼ਦ ਸਦੀਕੀ ਤੋਂ, ਬੜੇ ਮੁਹੱਬਤਾਂ ਪਿਆਰਾਂ ਵਾਲਾ ਭਰਾ ਹੈ, ਅਤੇ ਬਾਈ ਸ਼ਾਨ ਚੁਕਪਾਈ ਵੀ ਤਸ਼ਰੀਫ ਲਿਆਏ ਹੋਏ ਨੇ, ਇਹ ਵੀ ਸਾਨੂੰ ਸ਼ਾਇਰਾਂ ਨੂੰ ਬਰਦਾਸ਼ਤ ਕਰਦੇ ਨੇ, ਉਹ ਬਲਕਿ ਮੈਂ ਇਹਨਾਂ ਦੀ ਮੁਹੱਬਤ ਹੈ, ਬੜੀ ਮਿਹਰਬਾਨੀ ਜੀ। ਉਹ ਮੈਂ ਬਲਕਿ ਅੱਜ ਨਾ ਜੀ ਮੁਰਸ਼ਦ ਇੱਕ ਜਿਹਦਾ ਇੱਕ ਸ਼ੇਅਰ ਪੜ੍ਹਦਾ ਪਿਆ ਸੀ, ਔਰ ਬੜਾ ਅੱਛਾ ਲੱਗਿਆ ਉਹ ਸ਼ੇਅਰ, ਕਿ ਚੰਦ ਸ਼ਾਇਰ ਹੈ ਜੋ ਇਸ ਸ਼ਹਿਰ ਮੇ ਮਿਲ ਬੈਠਤੇ ਹੈ, ਵਾਹ ਵਾਹ, ਚੰਦ ਸ਼ਾਇਰ ਹੈ ਜੋ ਇਸ ਸ਼ਹਿਰ ਮੇ ਮਿਲ ਬੈਠਤੇ ਹੈ, ਵਰਨਾ ਲੋਗੋ ਮੇ ਵੋ ਨਫ਼ਰਤ ਹੈ ਕਿ ਦਿਲ ਬੈਠਤੇ ਹੈ। ਜੀ ਅੱਲਾ ਦੀ ਮਿਹਰਬਾਨੀ ਹੈ ਜੀ, ਕੋਈ ਚਾਰ ਭਰਾ ਜਿਹੜੇ ਉਹ ਰਲ ਜਾਂਦੇ ਆ, ਨਾਲ ਤੁਸੀਂ ਰਲ ਜਾਂਦੇ ਹੋ, ਰੌਣਕ ਬਣ ਜਾਂਦੀ ਹੈ ਯਾਰ, ਅੱਲਾ ਤੁਹਾਨੂੰ ਸਲਾਮਤ ਰੱਖੇ ਜੀ ਜੀ। ਮੈਂ ਜਿਹੜੇ ਤੁਹਾਡੇ ਸ਼ੇਅਰ ਹੈ ਨਾ ਆਪਣੇ ਸਟੇਟਸ ਤੇ ਲਗਾਉਣਾ, ਬੜੀ ਮਿਹਰਬਾਨੀ, ਇਹ ਤੁਹਾਡੀਆਂ ਮੁਹੱਬਤਾਂ ਪਿਆਰ ਹੀ ਹੈ ਯਾਰ, ਤੁਸੀਂ ਆਪਣੇ ਸਟੇਟਸ ਦਿੰਦੇ ਜੇ ਸਟੇਟਸ ਦੇ ਕਾਬਲ ਸਮਝਦੇ ਉਹਨਾਂ ਸ਼ੇਅਰਾਂ ਨੂੰ, ਬੜੀ ਮਿਹਰਬਾਨੀ। ਅਤੇ ਜੀ ਜੀ ਉਮੈਰ ਅਰਾਈ ਭਾਈ ਲੋਧਰਾ ਸੇ ਜੀ, ਵੈਲਕਮ ਲੋਧਰਾ, ਵੈਲਕਮ ਉਮੈਰ ਸਾਹਿਬ, ਔਰ ਲਵ ਯੂ ਟੂ ਮੇਰੇ ਭਾਈ, ਅੱਲਾ ਆਬਾਦ ਰੱਖਣ, ਬੜੀ ਮਿਹਰਬਾਨੀ, ਮੁਹੱਬਤਾਂ ਦੇ ਰਹੇ ਹੋ, ਪਿਆਰ ਦੇ ਰਹੇ ਹੋ, ਵਕਤ ਦੇ ਰਹੇ ਹੋ ਲੋਧਰਾ ਤੋਂ, ਸਾਡੇ ਬੜੇ ਪਿਆਰੇ ਪਿਆਰੇ ਭਾਈ ਮਜ਼ੀਦ ਵੀ ਉੱਥੇ ਮੌਜੂਦ ਨੇ, ਗਜ਼ਨਫਰ ਮਹਿਦੀ ਸਾਹਿਬ ਨੇ ਡਾਮਰਾ ਤੋਂ, ਅਹਿਮਦ ਸੱਜਾਦ ਬਾਬਰ ਸਾਹਿਬ ਨੇ ਕੈਮੀਕਲ ਇੰਜੀਨੀਅਰ ਨੇ, ਔਰ ਬੜੇ ਅੱਛਾ ਸ਼ੇਰ ਵੀ ਕਹਿੰਦੇ ਨੇ, ਅੱਲਾ ਆਬਾਦ ਰੱਖੇ, ਬਹੁਤ ਜ਼ਰਖੇਜ਼ ਧਰਤੀ ਜੀ ਲੋਧਰਾ ਦੀ, ਔਰ ਬਹੁਤ ਪਿਆਰਾ ਵੀ ਭਾਈ, ਅੱਲਾ ਸਲਾਮਤ ਰੱਖੇ, ਸੈਯਦ ਇਸਰਾਰ ਬੁਖਾਰੀ ਸਾਹਿਬ ਨੇ ਜੁਆਇਨ ਕੀਤਾ, ਸ਼ਾਹ ਸਾਹਿਬ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਔਰ ਚੌਧਰੀ ਜ਼ਈ ਸਾਹਿਬ ਬਹੁਤ ਸ਼ੁਕਰੀਆ ਜਨਾਬ, ਬੜੀ ਮਿਹਰਬਾਨੀ। ਅਤੇ ਮੁਨੀਬ ਜਵੇਦ ਦੇ ਬਾਰੇ ਮੈਂ ਦੱਸਦਾ ਜਾਵਾਂ ਕਿ ਮੁਨੀਬ ਜਵੇਦ ਬਿਲਕੁਲ ਨਵਾਂ ਮਹੂ ਸ਼ਾਇਰ ਹੈ, ਔਰ ਤਾਜ਼ਾ ਤਾਜ਼ਾ ਹੀ ਕਹਿਣਾ ਸ਼ੁਰੂ ਕੀਤਾ, ਔਰ ਕੋਸ਼ਿਸ਼ ਕਰ ਰਿਹਾ ਹੈ, ਅਤੇ ਇਨਸ਼ਾਅੱਲਾ ਅਸੀਂ ਤਾਂ ਆਪ ਸਿੱਖਣ ਦੇ ਮਰਾਹਿਲ 'ਚ ਗੁਜ਼ਰ ਰਹੇ ਹਾਂ ਜੀ,
ਅਤੇ ਜਿੰਨਾ ਹੋਵੇ ਬਸ ਇਹ ਹੈ ਵੀ ਹੌਸਲਾ ਅਫਜ਼ਾਈ ਭਰਾਵਾਂ ਦੀ ਕਰਨੀ ਚਾਹੀਦੀ ਅਤੇ ਕਰਦੇ ਹਾਂ ਅਤੇ ਕਰਦੇ ਰਹਾਂਗੇ ਇਨਸ਼ਾ ਅੱਲਾਹ ਤਾਲਾ। ਔਰ ਅਗਰ ਕੋਈ ਵਜ਼ਨ ਦਾ ਅਰੂਜ਼ ਦਾ ਬਹਿਰ ਦਾ ਜਿਹੜੇ ਸਾਹਿਬ ਇਲਮ ਦੋਸਤ ਸਾਡੇ ਨਾਲ ਮੌਜੂਦ ਨੇ ਔਰ ਜਿਹੜੇ ਵਾਕਫੀਅਤ ਰੱਖਦੇ ਨੇ ਇਹਨਾਂ ਚੀਜ਼ਾਂ ਤੋਂ ਕਿ ਅਗਰ ਕੋਈ ਬਹਿਰ ਦਾ ਔਜ਼ਾਨ ਦਾ ਅਰੂਜ਼ ਦਾ ਕੋਈ ਮਾਮਲਾ ਹੋਵੇ ਅਤੇ ਜ਼ਿਹਨ 'ਚੋਂ ਰੱਖਿਆ ਜੇ ਕਿ ਬਰਖੁਰਦਾਰ ਬਿਲਕੁਲ ਨੋਵਾਂ ਮੋਜ਼ੇ ਔਰ ਇਨਸ਼ਾ ਅੱਲਾਹ ਤਾਲਾ ਅੱਲਾਹ ਨੇ ਚਾਹਿਆ ਅਤੇ ਬਿਲਕੁਲ ਉਹ ਤਮਾਮ ਤਕਾਜ਼ੇ ਜਿਹੜੇ ਸ਼ਾਇਰੀ ਦੇ ਹੁੰਦੇ ਨੇ ਤਮਾਮ ਲਵਾਜ਼ਮਾਤ ਦੇ ਨਾਲ ਸ਼ੇਅਰ ਕਿਆ ਕਰੇਗਾ। ਅਤੇ ਮੈਂ ਕਹਾਂਗਾ ਜੀ ਕਿ ਔਰ ਬਹੁਤ ਸ਼ੁਕਰੀਆ ਜਨਾਬ ਕਫੀਲ ਅਹਿਮਦ ਸਾਹਿਬ, ਬੜੀ ਮਿਹਰਬਾਨੀ ਤੁਸੀਂ ਜੁਆਇਨ ਕੀਤਾ, ਬਹੁਤ ਪਿਆਰਾ ਭਾਈ, ਬੜਾ ਕਾਬਲ, ਬੜਾ ਟੈਲੈਂਟਡ ਸ਼ਾਹਜ਼ਮਾਨ ਜੀ, ਬਹੁਤ ਸ਼ੁਕਰੀਆ ਭਾਈ ਸਾਹਿਬ, ਅੱਲਾਹ ਸਲਾਮਤ ਰੱਖੇ, ਨੇੜੇ ਹੋ ਅਤੇ ਆ ਜਾਓ ਸਾਡੇ ਕੋਲ ਹੀ ਆ ਜਾਓ। ਔਰ ਬਹੁਤ ਪਿਆਰਾ ਭਾਈ ਐਟ ਸੁਲੇਮਾਨ ਕੀ ਤੋਂ, ਬੜਾ ਐਕਟਿਵ, ਬੜਾ ਮੁਹੱਬਤ ਕਰਨ ਵਾਲਾ, ਬਾ ਜ਼ੌਕ ਦੋਸਤ ਅਵੈਸ ਨਜ਼ੀਰ ਵੱਟੂ, ਬਹੁਤ ਸ਼ੁਕਰੀਆ ਅਵੈਸ ਭਾਈ, ਬੜੀ ਮੁਹੱਬਤ, ਟਾਈਮ ਦੇ ਰਹੇ ਹੋ ਤੁਸੀਂ, ਬੜੀ ਮਿਹਰਬਾਨੀ। ਔਰ ਬਹੁਤ ਪਿਆਰਾ ਭਾਈ ਅਬਦੁਲ ਬਾਸਤ ਤਾਹਿਰ, ਅਬਦੁਲ ਬਾਸਤ ਤਾਹਿਰ ਭਾਈ, ਬਹੁਤ ਸ਼ੁਕਰੀਆ, ਬੜੀ ਮੁਹੱਬਤ ਨਾਲ ਰਿਹਾ ਜੇ। ਅਤੇ ਬੱਬਰ ਸ਼ੇਰ ਆ ਗਿਆ ਜੀ, ਸਾਡਾ ਵੀਰ ਆ ਗਿਆ ਕੰਗਨਪੁਰ ਦੀ ਧਰਤੀ ਤੋਂ, ਬਹੁਤ ਸੋਹਣਾ ਪੰਜਾਬੀ ਸ਼ੇਰ ਕਹਿਣ ਵਾਲਾ ਅਤੇ ਬਹੁਤ ਦੇਰ ਤੋਂ ਪੰਜਾਬੀ ਅਦਬ ਨੂੰ ਨਵਾਜ਼ ਰਿਹਾ ਹੈ, ਤਾਂ ਅੱਲਾ ਨੂੰ ਆਬਾਦ ਰੱਖੇ। ਅਤੇ ਜਿੱਦਾਂ ਅੱਛਾ ਸ਼ਾਇਰ ਅਤੇ ਜਿੱਦਾਂ ਚੰਗਾ ਸ਼ਾਇਰ ਹੈ, ਉਹਦੇ ਨਾਲੋਂ ਵੀ ਚੰਗਾ ਅਤੇ ਬੀਬਾ ਅਤੇ ਪਿਆਰ ਕਰਨ ਵਾਲਾ ਸੱਜਣ ਹੈਗਾ ਹੈ ਅਤੇ ਯਾਰਾਂ ਦਾ ਯਾਰ ਹੈ ਔਰ ਯਾਰ ਬਾਸ਼ ਆਦਮੀ ਹੈ। ਅੱਲਾ ਇਸ ਸੋਹਣੇ ਵੀਰ ਨੂੰ, ਸੋਹਣੇ ਲਖਾਰੀ ਨੂੰ, ਅਕਰਮ ਰਿਆਨ ਨੂੰ ਹਮੇਸ਼ਾ ਸਲਾਮਤ ਰੱਖੇ, ਬੜੀ ਮਿਹਰਬਾਨੀ। ਔਰ ਅਬਦੁਲ ਬਾਸਤ ਤਾਹਿਰ ਭਾਈ, ਲਵ ਯੂ ਮੇਰੀ ਜਾਨ, ਹਮੇਸ਼ਾ ਜੀਂਦੇ ਰਹੋ, ਔਰ ਤੁਸੀਂ ਗ੍ਰੇਟ ਹੋ ਅਵੈਸ ਨਜ਼ੀਰ ਭਾਈ, ਤੁਹਾਡੀਆਂ ਮੁਹੱਬਤਾਂ ਨੇ। ਔਰ ਇਰਫਾਨ ਬੰਗਜ ਸਾਹਿਬ ਨੇ ਜੁਆਇਨ ਕੀਤਾ, ਬਹੁਤ ਸ਼ੁਕਰੀਆ ਇਰਫਾਨ ਬੰਗਜ ਸਾਹਿਬ, ਬੜੀ ਮਿਹਰਬਾਨੀ, ਬੜੀ ਮੁਹੱਬਤ ਸਰ, ਤੁਸੀਂ ਟਾਈਮ ਦੇ ਰਹੇ ਹੋ ਨਾਲ ਰਿਹਾ ਜੇ। ਮੁਨੀਬ ਜਵੇਦ ਬਿਲਕੁਲ ਨੋ ਅਮੋਜ਼ ਲਖਿਆਰੀ ਜੀ, ਨਵਾਂ ਨਵਾਂ ਅਤੇ ਸ਼ੇਰ ਕਹਿਣਾ ਸ਼ੁਰੂ ਕੀਤਾ ਅਤੇ ਕੁਛ ਨਾ ਕੁਛ ਤੁਹਾਡੀ ਖਿਦਮਤ 'ਚ ਪੇਸ਼ ਕਰਨਗੇ ਬਾਈ ਮੁਨੀਬ ਜੀ। ਜੀ ਬਹੁਤ ਸ਼ੁਕਰੀਆ ਸਰ, ਤੁਹਾਡੀ ਮੁਹੱਬਤ ਹੈ ਕਿ ਤੁਸੀਂ ਸਾਨੂੰ ਇੱਥੇ ਬੁਲਾ ਲੈਂਦੇ ਜੇ। ਓ ਤੁਸੀਂ ਬੜੇ ਪਿਆਰੇ ਭਾਈ ਹੋ ਜੀ, ਗਾਣੀ ਤੁਹਾਡਾ ਹੈ, ਅੱਲਾ ਤੁਹਾਨੂੰ ਸਲਾਮਤ ਰੱਖੇ ਜੀ। ਮੈਂ ਕੁਛ ਇਸ਼ਾਰ ਤੁਹਾਡੀ ਨਜ਼ਰ ਕਰ ਰਿਹਾ ਕਿ ਮੁਹੱਬਤ ਕੇ ਹਸੀਨ ਫਸਾਨੇ ਕੀ ਬਾਤ ਮਤ ਕਰ। ਅੱਛਾ, ਮੁਹੱਬਤ ਕੇ ਹਸੀਨ ਫਸਾਨੇ ਕੀ ਬਾਤ ਮਤ ਕਰ, ਇਸ ਜ਼ਮਾਨੇ ਮੇਂ ਉਸ ਜ਼ਮਾਨੇ ਕੀ ਬਾਤ ਮਤ ਕਰ। ਪਰਮ ਮੁਹੱਬਤ ਕਾ ਕਾਇਮ ਰਹੇ ਤੋ ਬਿਹਤਰ, ਪਰਮ ਮੁਹੱਬਤ ਕਾ ਕਾਇਮ ਰਹੇ ਤੋ ਬਿਹਤਰ, ਤੂੰ ਅਬ ਇਸੇ ਅਜ਼ਮਾਨੇ ਕੀ ਬਾਤ ਮਤ ਕਰ। ਮੁਹੱਬਤ ਪਾਣੇ ਕੇ ਲੀਏ ਹਕੀਕਤ ਨਹੀਂ ਬਦਲਤੇ। ਅੱਛਾ, ਮੁਹੱਬਤ ਪਾਣੇ ਕੇ ਲੀਏ ਹਕੀਕਤ ਨਹੀਂ ਬਦਲਤੇ, ਤੂੰ ਪਾਣੀ ਮੇਂ ਦੀਆ ਜਲਾਨੇ ਕੀ ਬਾਤ ਮਤ ਕਰ। ਪਾਣੀ ਮੇਂ ਦੀਆ ਜਲਾਨੇ ਕੀ ਬਾਤ ਮਤ ਕਰ, ਕਬੂਲੀਅਤ ਕਾ ਕੌਣ ਸਾ ਪਲ ਹੋ ਕਿਸੇ ਖਬਰ। ਮੁਰਸ਼ਦ ਸਾਹਿਬ, ਕਬੂਲੀਅਤ ਕਾ ਕੌਣ ਸਾ ਪਲ ਹੋ ਕਿਸੇ ਖਬਰ, ਤੂੰ ਮਜ਼ਾਕ ਮੇਂ ਵੀ ਦੂਰ ਜਾਣੇ ਕੀ ਬਾਤ ਮਤ ਕਰ। ਤੂੰ ਔਰ ਜੋ ਵੀ ਕਹੇਗਾ ਮੈਂ ਮਾਨ ਲੂੰਗਾ, ਤੂੰ ਔਰ ਜੋ ਵੀ ਕਹੇਗਾ ਮੈਂ ਮਾਨ ਲੂੰਗਾ, ਬਸ ਇਲਤਜਾ ਹੈ ਮੁਝੇ ਭੂਲ ਜਾਣੇ ਕੀ ਬਾਤ ਮਤ ਕਰ। ਹਮ ਤੋ ਜਿੱਤੇ ਜੀ ਮਰ ਜਾਏਂਗੇ, ਹਮ ਤੋ ਜਿੱਤੇ ਜੀ ਮਰ ਜਾਏਂਗੇ, ਤੂੰ ਕਿਸੀ ਔਰ ਕੋ ਅਪਣਾਨੇ ਕੀ ਬਾਤ ਮਤ ਕਰ। ਔਰ ਆਖਰੀ ਸ਼ੇਰ ਕੇ ਕਿਸੀ ਕੇ ਸਾਥ ਚੰਦ ਹਮੇਂ ਔਰ ਗੁਜ਼ਾਰਨੇ ਹੈ, ਕਿਸੀ ਕੇ ਸਾਥ ਚੰਦ ਹਮੇਂ ਔਰ ਗੁਜ਼ਾਰਨੇ ਹੈ, ਐ ਮੌਤ ਤੂੰ ਅਭੀ ਆਨੇ ਕੀ ਬਾਤ ਮਤ ਕਰ। ਬਹੁਤ ਸ਼ੁਕਰੀਆ, ਬਹੁਤ ਸਲਾਮਤ ਰਹੋ ਜੀ। ਮੁਨੀਬ ਜਵੇਦ ਸਾਹਿਬ ਨੇ ਆਪਣਾ ਕਲਾਮ ਪੇਸ਼ੇ ਖਿਦਮਤ ਕੀਤਾ ਤੁਹਾਡੀਆਂ ਸਮਾਤਾਂ ਦੇ, ਅਤੇ ਸਾਡੇ ਅੱਜ ਦੇ ਇਸ ਲਾਈਵ ਸੈਸ਼ਨ ਨੂੰ ਆਪਾਂ ਜਿਵੇਂ ਮੈਂ ਅਰਜ਼ ਕਰਦਾ ਹੁੰਦਾ ਕਿ ਯਾਰਾਂ ਦੀ ਜਾਨ ਅਤੇ ਲਾਲਿਆਂ ਦੀ ਸ਼ਾਨ, ਆਸਫ ਖਾਨ ਇਹ ਜਿਹੜੇ ਨੇ ਇਸ ਲਾਈਵ ਸੈਸ਼ਨ ਨੂੰ ਤੁਹਾਡੇ ਤੱਕ ਪਹੁੰਚਾ ਰਹੇ ਨੇ, ਅਤੇ ਬਹੁਤ ਪਿਆਰਾ ਵੀਰ ਹੈ, ਅਤੇ ਅਕਰਮ ਰਿਆਨ ਸਾਹਿਬ ਮੌਜੂਦ ਹੈ ਨੇ, ਅਤੇ ਗੁੱਡੂ ਖਾਨ ਜਿਹੜਾ ਜੀ ਤੁਹਾਨੂੰ ਇੱਕ ਸ਼ੇਅਰ ਸੁਣਾਉਣਾ ਚਾਹ ਰਿਹਾ, ਅਤੇ ਆਹ ਸੁਣ ਲਓ ਛੇਤੀ ਨਾਲ। ਹਲੋ, ਅੱਜਾ ਅੱਜ ਅੱਗੇ ਅੱਗੇ ਯਾਰ ਲਾਈਟ ਅਸਲਾਮ ਅਲੈਕੁਮ ਜੀ, ਤਮਾਮ ਵੀਵਰਸ ਨੂੰ, ਤਮਾਮ ਵੀਰ ਭਰਾ ਜਿਹਨੇ ਸਾਨੂੰ ਜੁਆਇਨ ਕੀਤਾ ਹੋਇਆ, ਬਹੁਤ ਸ਼ੁਕਰੀਆ। ਅਤੇ ਇੱਕ ਇੱਕ ਕਰਕੇ ਸਾਰੇ ਮੇਰੇ ਵੀਰ ਭਾਈ ਜਿਹੜੇ ਨੇ ਉਹ ਵੀਡੀਓ ਨੂੰ ਵੀ ਸ਼ੇਅਰ ਕਰ ਦਿਓ ਯਾਰ, ਮਜ਼ਾ ਆ ਜਾਏਗਾ, ਗਰੁੱਪਾਂ ਵਿੱਚ ਸ਼ੇਅਰ ਕਰ ਦਿਓ। ਅਤੇ ਮੈਂ ਸਾਡੇ ਬਹੁਤ ਹੀ ਪਿਆਰੇ ਵੀਰ ਅਕਰਮ ਰਿਆਨ ਸਾਹਿਬ ਦਾ ਬੜਾ ਜਿਹੜਾ ਕਿ ਮਸ਼ਹੂਰ ਸ਼ੇਅਰ ਜੀ, ਟਿਕਟੋਕ 'ਤੇ ਵੀ ਕਾਫੀ ਫੇਮਸ ਹੋਇਆ, ਅਤੇ ਮੈਂ ਉਹ ਅਕਰਮ ਰਿਆਨ ਸਾਹਿਬ ਦੀ ਸ਼ੇਅਰ ਜਿਹੜਾ ਉਹ ਪੜ੍ਹਾਂਗਾ ਜੀ। ਇੱਕ ਮੈਂ ਫਿੱਕੀ ਚਾਹ ਨਹੀਂ ਪੀਂਦਾ, ਇੱਕ ਮੈਂ ਫਿੱਕੀ ਚਾਹ ਨਹੀਂ ਪੀਂਦਾ, ਦੂਜਾ
ठंडी चाह नहीं पींदा, जीड़ी चाह विच चाह ना होवे जी मैं ऐसी चाह नहीं पींदा, कल्ला बह के चाह पीना वा पर मैं कल्ली चाह नहीं पींदा, या ते चाह ही छड़ दित्ती सू या फिर साडी चाह नहीं पींदा, ओ तेरी चाह कोई वखरी चाह है जा मैं तेरी चाह नहीं पींदा। क्या बात, लो जी अकरम निहान साहब तुहाडे दीवाने साडे कोल वेख लो, है जी ਸਾਡੇ ਭਰਾਵਾਂ ਨੂੰ ਜਿਹੜਾ ਤੁਹਾਡੇ ਐਡੀਆਂ ਲੰਮੀਆਂ ਲੰਮੀਆਂ ਗਜ਼ਲਾਂ ਇੰਨੇ ਐਡੇ ਸੋਹਣੇ ਗੁਲਾਮ ਉਹਨਾਂ ਜ਼ੁਬਾਨੀ ਯਾਦ ਕੀਤੇ ਹੋਏ ਨੇ ਅਤੇ ਲਾਈਵ ਸੁਣਾ ਰਹੇ ਨੇ ਅਤੇ ਬੜੀ ਮਿਹਰਬਾਨੀ ਜੀ ਆਸਫ ਖਾਨ ਕੁੱਡੂ ਸਾਹਿਬ ਛਾ ਗਏ ਹੋ ਜੀ ਵੀਰ ਜੀ ਅਤੇ ਥੋੜ੍ਹਾ ਜਿਹਾ ਸਾਦ ਬਈ ਨਾਲ ਹੋ ਤੁਸੀਂ ਅਤੇ ਮੈਂ ਜਨਾਬ ਇੱਕ ਵਾਰੀ ਫਿਰ ਸ਼ੁਕਰੀਆ ਅਦਾ ਕਰ ਲਾਂ ਫਿਰ ਉਸ ਤੋਂ ਬਾਅਦ ਅੱਗੇ ਵਧਦੇ ਹਾਂ ਅਤੇ ਇਰਫਾਨ ਪੰਗੇ ਸਾਹਿਬ ਬਹੁਤ ਸ਼ੁਕਰੀਆ, ਮੁਹੰਮਦ ਸ਼ਾਹ ਬਹਿਰਾਮ ਸਾਹਿਬ ਨੇ ਜੁਆਇਨ ਕੀਤਾ ਹੋਇਆ, ਮੁਹੰਮਦ ਸ਼ਾਹ ਬਹਿਰਾਮ ਸਾਹਿਬ ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਜਨਾਬ ਟਾਈਮ ਦੇ ਰਹੇ ਹੋ ਔਰ ਇਹਦੇ ਨਾਲ ਬਹੁਤ ਪਿਆਰਾ ਭਾਈ ਅੱਲਾ ਸਲਾਮਤ ਰੱਖੇ ਆਬਾਦ ਰੱਖੇ ਮੁਦੱਸਰ ਖਾਨ ਸਾਹਿਬ ਜਿਹੜੇ ਨੇ ਉਹਨਾਂ ਨੇ ਜੁਆਇਨ ਕੀਤਾ ਹੋਇਆ, ਬਾਈ ਮੁਦੱਸਰ ਖਾਨ ਬੜੀ ਮਿਹਰਬਾਨੀ ਔਰ ਪੀਰ ਔਰ ਪੀਰ ਅਲੀ ਅਜ਼ਰ ਅਲੀ ਮਜ਼ਹਰ ਹੁਸੈਨ ਮਾਨੇਕਾ ਸਾਹਿਬ ਨੇ ਜੁਆਇਨ ਕੀਤਾ ਹੋਇਆ, ਬਹੁਤ ਸ਼ੁਕਰੀਆ ਸਰ, ਮਾਨੇਕਾ ਸਾਹਿਬ ਸਲਾਮਤ ਰਹੋ ਨਾਲ ਰਿਹਾ ਜੇ ਔਰ ਬਹੁਤ ਪਿਆਰਾ ਭਾਈ ਅੱਲਾ ਸਲਾਮਤ ਰੱਖੇ ਆਬਾਦ ਰੱਖੇ, ਬੜਾ ਬਾਜ਼ੌਕ ਦੋਸਤ, ਅਖੂਬਤ ਬੈਂਕ ਦੇ ਵਿੱਚ ਜ਼ਿੰਮੇਦਾਰੀਆਂ ਆਪਣੀ ਸਰ ਅੰਜਾਮ ਦੇ ਰਹੇ ਨੇ, ਪਿਛਲੇ ਦਿਨੋਂ ਤੇ ਚੀਚਾ ਪਤਨੀ ਸੀ ਹੁਣ ਪਤਾ ਨਹੀਂ ਕਿੱਥੇ ਨੇ, ਬਾਈ ਸਾਜਿਦ ਅਲੀ ਸਾਹਿਬ ਨੇ ਜੁਆਇਨ ਕੀਤਾ, ਸਾਜਿਦ ਅਲੀ ਭਾਈ ਬਹੁਤ ਬਹੁਤ ਸ਼ੁਕਰੀਆ, ਸਲਾਮਤ ਰਹੋ ਔਰ ਵਾਲੇਕੁਮ ਸਲਾਮ ਔਰ ਸਾਡੇ ਨਾਲ ਰਿਹਾ ਜੇ ਜਨਾਬ, ਔਰ ਤਲਹਾ ਫਿਆਜ਼ ਖਾਨ ਬਹੁਤ ਪਿਆਰਾ ਭਾਈ ਜੁਆਇਨ ਕੀਤਾ ਹੋਇਆ, ਬੜੀ ਮਿਹਰਬਾਨੀ ਭਾਈ ਤਲਹਾ ਫਿਆਜ਼ ਖਾਨ ਔਰ ਬਹੁਤ ਸ਼ੁਕਰੀਆ ਮੁਹੰਮਦ ਸ਼ਾਹ ਬਹਿਰਾਮ ਸਾਹਿਬ, ਬੜੀ ਮਿਹਰਬਾਨੀ ਸਰ ਟਾਈਮ ਦੇ ਰਹੇ ਹੋ, ਹੌਸਲਾ ਵਧਾ ਰਹੇ ਹੋ ਦੋਸਤਾਂ ਦਾ ਇਸ ਗੱਪਸ਼ਪ 'ਚ ਸਾਡੇ ਨਾਲ ਸ਼ਰੀਕ ਹੋ, ਬੜੀ ਮਿਹਰਬਾਨੀ ਔਰ ਅਬਦੁੱਲਾ ਭੱਟੀ ਸਾਹਿਬ ਬਹੁਤ ਸ਼ੁਕਰੀਆ ਬਾਈ, ਤੁਸੀਂ ਕਮਾਲ ਹੋ, ਰੱਬੁਲ ਇੱਜ਼ਤ ਦੇ ਫਜ਼ਲ ਤਰਸ ਹੁੰਦੇ ਨੇ, ਅਕਰਮ ਰਿਆਨ ਬਾਈ ਤੁਸੀਂ ਇਸ ਕਾਬੁਲ ਹੈਗੇ ਹੋ ਬਾਈ, ਤੁਸੀਂ ਇਸ ਕਾਬੁਲ ਹੋ, ਅੱਲਾਹ ਆਬਾਦ ਰੱਖੇ, ਵੇਲੇ ਲੰਘ ਜਾਂਦੇ ਨੇ, ਸੱਜਣਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਯਾਦ ਰਹਿੰਦੀਆਂ, ਮੈਂ ਕਈ ਜਗ੍ਹਾ 'ਤੇ ਤੁਹਾਨੂੰ ਦੇਖਿਆ, ਤੁਸੀਂ ਹਮੇਸ਼ਾ ਯਾਰਾਂ ਨੂੰ ਬੜੀ ਇੱਜ਼ਤ ਅਤੇ ਬੜੀ ਆਨਰ ਅਤੇ ਬੜਾ ਪਿਆਰ ਦਿੰਦੇ ਹੋ, ਅੱਲਾਹ ਤੁਹਾਨੂੰ ਆਬਾਦ ਰੱਖੇ, ਔਰ ਕੇ ਬਲੋਚ ਸਾਹਿਬ, ਕਲੀਮ ਉੱਲਾ ਬਲੋਚ ਸਾਹਿਬ, ਵਾਲੇਕੁਮ ਸਲਾਮ ਸਰ, ਜੀਂਦੇ ਰਹੋ, ਵੱਸਦੇ ਰਹੋ ਔਰ ਸਾਡੇ ਨਾਲ ਨਾਲ ਰਹੋ, ਔਰ ਇਰਫਾਨ ਪੰਕਜ ਸਾਹਿਬ ਬਹੁਤ ਸ਼ੁਕਰੀਆ ਸਰ, ਬੜੀ ਮਿਹਰਬਾਨੀ, ਉਸਮਾਨ ਮੁਗਲ ਬਹੁਤ ਸ਼ੁਕਰੀਆ, ਬਾਈ ਮੁਦੱਸਰ ਖਾਨ ਬਹੁਤ ਸ਼ੁਕਰੀਆ, ਸਲਾਮਤ ਰਹੋ ਔਰ ਬੜੀ ਮਿਹਰਬਾਨੀ ਬਾਈ ਉਸਮਾਨ ਮੁਗਲ, ਇਹ ਕਿੱਥੇ ਹੋ ਅੱਜ ਕੱਲ੍ਹ ਔਰ ਕਿਹੜੀ ਜਗ੍ਹਾ 'ਤੇ ਜਨਾਬ ਨੇ ਇਸ ਟਾਈਮ ਡੇਰੇ ਲਾਏ ਹੋਏ ਨੇ ਔਰ ਲਾਈਵ ਸੈਸ਼ਨ ਨੂੰ ਉਸਮਾਨ ਮੁਗਲ ਸਾਹਿਬ ਕਿੱਥੋਂ ਜੁਆਇਨ ਕੀਤਾ ਹੋਇਆ, ਬੜੀ ਖੁਸ਼ੀ ਹੋਈ ਤੁਹਾਨੂੰ ਦੇਖ ਕੇ, ਔਰ ਰਾਓ ਇਮਰਾਨ ਸ਼ਮਤ ਸਾਹਿਬ ਬਹੁਤ ਬਹੁਤ ਸ਼ੁਕਰੀਆ, ਔਰ ਉਸਮਾਨ ਮੁਗਲ ਸਾਹਿਬ ਨੇ ਸ਼ੇਰ ਪੇ ਜੈ ਜੀ ਕਿ ਤੇਰੀ ਤਸਵੀਰ ਮੇਂ ਵੋ ਰੰਗ ਭਰੇ ਹੈ ਮੈਨੇ, ਉਸਮਾਨ ਮੁਗਲ ਸਾਹਿਬ ਨੇ ਸ਼ੇਰ ਭੇਜਿਆ ਕਿ ਤੇਰੀ ਤਸਵੀਰ ਮੇਂ ਵੋ ਰੰਗ ਭਰੇ ਹੈ ਮੈਨੇ, ਲੋਕ ਦੇਖੇਂਗੇ ਤੁਝੇ ਔਰ ਪਹਿਚਾਨੇਂਗੇ ਮੁਝੇ, ਕਿਆ ਬਾਤ ਹੈ ਜੀ ਉਸਮਾਨ ਮੁਗਲ ਸਾਹਿਬ, ਉਸਮਾਨ ਮੁਗਲ ਸਾਹਿਬ ਕਿਆ ਕਹਿੰਦੇ, ਅਵੈਸ ਨਜ਼ੀਰ ਵਟੂ ਸਾਹਿਬ ਫਰਮਾ ਰਹੇ ਨੇ ਕਿ ਮੁਰਸ਼ਦ ਸਾਹਿਬ ਦਾ ਕੋਈ ਕਲਾਮ ਹੋ ਜਾਏ, ਜੀ ਬਿਲਕੁਲ, ਮੁਰਸ਼ਦ ਦੇ ਕਲਾਮ ਤੋਂ ਬਗੈਰ ਤਾਂ ਨਸ਼ੀਸਤ ਅਧੂਰੀ ਹੈ ਬਾਈ ਜੀ, ਜ਼ਰੂਰ ਹੋਏਗਾ, ਜ਼ਰੂਰ ਸੁਣਾਂਗੇ, ਆਹ ਦੋਸਤਾਂ ਦੇ ਜ਼ਰਾ ਮੁਹੱਬਤ ਨਾਮਿਆਂ ਦੇ ਜਵਾਬ ਦੇ ਕੇ ਫਿਰ ਤੁਹਾਡੇ ਵੱਲੇ ਵਾਪਸ ਆਉਣੇ ਆ ਇਨਸ਼ਾਅੱਲਾ, ਅਤੇ ਬਿਲਕੁਲ ਜੀ ਮੁਰਸ਼ਦ ਨੂੰ ਸੁਣਨਾ ਨਾਲ ਰਿਹਾ ਜੇ ਸਾਡੇ ਰਾਓ ਇਮਰਾਨ ਸ਼ਮਤ ਸਾਹਿਬ, ਅੱਛਾ ਜੀ ਬਿਲਕੁਲ, ਤੁਹਾਡੇ ਫਰੈਂਡ ਵੀ ਨੇ ਜੀ ਗੁੱਡੂ ਖਾਨ ਸਾਹਿਬ ਭਰਾਵਾਂ ਦੀ ਤਰ੍ਹਾਂ ਜੀ, ਇਹ ਬਾਈ ਜੀ ਮੂੰਹ 'ਤੇ ਤਾਰੀਫ ਹੋ ਜਾਂਦੀ ਹੈ, ਗੁੱਡੂ ਖਾਨ ਬੜਾ ਮੁਹੱਬਤ ਕਰਨ ਵਾਲਾ ਅਤੇ ਬੜਾ ਅਸੀਲ ਅਤੇ ਬੜਾ ਜਾਨ ਮਾਰਨ ਵਾਲਾ ਸੱਜੇ ਨੇ, ਅਤੇ ਅੱਲਾ ਇਹਨੂੰ ਆਬਾਦ ਰੱਖੇ, ਬਿਲਕੁਲ ਇਹ ਭਰਾਵਾਂ ਤਰ੍ਹਾਂ ਅਤੇ ਪੁੱਤਰਾਂ ਤਰ੍ਹਾਂ ਅਜ਼ੀਜ਼ ਹੈ, ਔਰ ਅੱਲਾ ਇਹਨੂੰ ਆਬਾਦ ਰੱਖੇ, ਤੁਸੀਂ ਬਿਲਕੁਲ ਸਹੀ ਕਿਹਾ, ਔਰ ਅੱਲਾ ਤੁਹਾਨੂੰ ਵੀ ਆਬਾਦ ਰੱਖੇ, ਤੁਸੀਂ ਗੁੱਡੂ ਖਾਨ ਦੇ ਬਾਰੇ ਅੱਛੇ ਜਜ਼ਬਾਤ ਰੱਖਦੇ ਹੋ, ਇਹ ਇਵੇਂ ਹੀ ਹੈ ਕਿ ਜਿਵੇਂ ਤੁਸੀਂ ਸਾਡੇ ਲਈ ਅੱਛੇ ਜਜ਼ਬਾਤ ਰੱਖਦੇ ਹੋ, ਬਹੁਤ ਬਹੁਤ ਸ਼ੁਕਰੀਆ, ਔਰ ਮੁਦੱਸਰ ਖਾਨ ਬਾਈ ਆ ਗਏ, ਔਰ ਅਲੀ ਮਜ਼ਹਰ ਹੁਸੈਨ ਮਾਨੇ ਕਾ ਬਹੁਤ ਪਿਆਰਾ ਯਾਰ, ਬੜਾ ਅੱਛਾ ਇਨਸਾਨ, ਬੜਾ ਮੁਹੱਬਤ ਕਰਨ ਵਾਲਾ ਔਰ ਯਾਰ ਬਾਦਸ਼ਾਹ ਆਦਮੀ, ਬਹੁਤ ਬਹੁਤ ਸ਼ੁਕਰੀਆ ਬਾਈ ਮਜ਼ਹਰ ਹੁਸੈਨ ਮਾਨੇ ਕਾ, ਅੱਲਾ ਤੁਹਾਨੂੰ ਵੀ ਸਲਾਮਤ ਰੱਖਣ, ਸ਼ਾਦਾਬ ਰੱਖਣ ਔਰ ਆਬਾਦ ਰੱਖਣ, ਅਕਰਮ ਰਿਆਨ ਸਾਹਿਬ ਜੀ ਜੀ ਗੁੱਡ ਕਹਿ ਰਹੇ ਨੇ ਜੀ, ਗੁੱਡੂ ਖਾਂ ਜੀ ਠੀਕ ਹੈ ਜੀ, ਅਕਰਮ ਰਿਆਨ ਸਾਹਿਬ ਠੀਕ ਹੈ, ਔਰ ਜੀ ਬਿਲਕੁਲ ਕੋਈ ਸ਼ੱਕ ਨਹੀਂ, ਕਾਸ਼ਿਫ ਮਹਿਮੂਦ ਸਾਹਿਬ ਹਾਰਡ ਵਰਕਰ ਹੈ, ਆਸਿਫ ਖਾਨ ਗੁੱਡੂ ਅੱਲਾ ਇਹਨੂੰ ਸਲਾਮਤ ਰੱਖੇ, ਔਰ ਸ਼ਬੀਰ ਲੱਕੀ ਬਾਈ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ, ਰਾਓ ਇਮਰਾਨ ਬਹੁਤ ਸ਼ੁਕਰੀਆ, ਸਰਦਾਰ ਸਿਕੰਦਰ ਸਾਹਿਬ ਟਾਈਮ ਦੇ ਰਹੇ ਨੇ, ਬੜੀ ਮਿਹਰਬਾਨੀ ਜਨਾਬ, ਔਰ ਮਜ਼ਹਬ ਹੁਸੈਨ ਮਾਨੇ ਕਾ ਕਹਿ ਰਿਹਾ ਮੇਰਾ ਵੀਰ ਗੁੱਡੂ ਖਾਨ ਜ਼ਿੰਦਾਬਾਦ, ਅਸੀਂ ਵੀ ਤੁਹਾਡੇ ਨਾਲ ਕਹਿ ਰਹੇ ਹਾਂ ਜੀ ਜ਼ਿੰਦਾਬਾਦ, ਔਰ ਅਕਰਮ ਰਿਹਾਨ ਲਵ ਯੂ ਜਾਨੇ ਮਨ ਕਹਿ ਰਿਹਾ ਗੁੱਡੂ ਖਾਨ ਠੀਕ ਹੈ ਜੀ, ਅੱਲਾ ਸਲਾਮਤ ਰੱਖਣ,
ਉਹ ਆਪਣਾ ਬਾਈ ਮੁਦੱਸਰ ਖਾਂ ਕਹਿ ਰਿਹਾ ਵੀ ਗੁੱਡੂ ਹੁਣ ਸ਼ਰਬਤ ਦਾ ਮੌਸਮ ਆ ਰਿਹਾ ਆ ਸ਼ਰਬਤ ਤੇ ਗੁੱਡੂ ਕਹਿੰਦਾ ਜੀ ਮੈਂ ਆਪ ਕਲਾਮ ਲਿਖਣਾ ਖਾਂ ਜੀ ਔਰ ਇਰਫਾਨ ਆਬਦ ਸਾਹਿਬ ਬਹੁਤ ਸ਼ੁਕਰੀਆ ਪਿਆਰੇ ਭਾਈ ਅੱਲਾਹ ਆਬਾਦ ਰੱਖਣ ਨਾਲ ਰਹੋ ਔਰ ਸਰਕਾਰ ਸਰਦਾਰ ਸਿਕੰਦਰ ਸਾਹਿਬ ਵਾਲੀਕੁਮ ਸਲਾਮ ਭਾਈ ਸਾਹਿਬ ਬੜੀ ਮਿਹਰਬਾਨੀ ਔਰ ਫੈਸਲ ਗੁੱਜਰ ਸਾਹਿਬ ਗੁੱਡ ਲੱਕ ਕਹਿ ਰਹੇ ਨੇ ਬਹੁਤ ਸ਼ੁਕਰੀਆ ਸਰ ਬੜੀ ਬੜੀ ਮਿਹਰਬਾਨੀ ਬੜੀ ਮੁਹੱਬਤ ਅਬਦੁਲਰਊਫ ਮੇਰ ਸਾਹਿਬ ਔਰ ਫੈਸਲ ਗੁੱਜਰ ਸਾਹਿਬ ਔਰ ਹੈਦਰ ਅਲੀ ਸਾਹਿਬ ਬਹੁਤ ਸ਼ੁਕਰੀਆ ਔਰ ਸਰ ਤੁਹਾਡੀ ਮੁਹੱਬਤ ਹੈ ਅਸੀਂ ਕਿੱਥੇ ਡਿਜ਼ਰਵ ਕਰਨੇ ਹਾਂ ਬੜੀ ਮਿਹਰਬਾਨੀ ਹੈ ਤੁਹਾਡੀ ਕਿ ਟਾਈਮ ਦਿੰਦੇ ਹੋ ਬਾਈ ਅਕਰਮ ਰਿਆਨ ਸਲਾਮਤ ਰਹੋ ਔਰ ਮੇਰੇ ਉਸਤਾਦੇ ਮੁਹਤਰਮ ਵੀ ਡਰਾਇੰਗ ਦੇ ਸਕੂਲ ਦੇ ਅੱਲਾ ਇਹਨਾਂ ਨੂੰ ਆਬਾਦ ਰੱਖੇ ਸ਼ਹਿਰ ਦੀ ਬੜੀ ਕਾਬਿਲ ਸ਼ਖਸੀਅਤ ਬੜੀ ਨਾਮਵਰ ਸ਼ਖਸੀਅਤ ਰੂਹਾਨੀਅਤ ਦੇ ਹਵਾਲੇ ਨਾਲ ਹਵੇਲੀ ਲੱਖਾਂ ਨੂੰ ਮੈਂ ਸਮਝਦਾ ਪਾਕਿਸਤਾਨ ਔਰ ਪਾਕਿਸਤਾਨ ਤੋਂ ਬਾਹਰ ਵੀ ਮੁਤਾਰਫ ਕਰਵਾਇਆ ਔਰ ਨਹਾਇਤ ਆਲਾ ਅਦਬੀ ਜ਼ੌਕ ਰੱਖਦੇ ਨੇ ਮੈਂ ਬੜਾ ਮਸ਼ਕੂਰ ਹਾਂ ਜਨਾਬ ਗੁਲਾਮ ਸਰਵਰ ਸ਼ਬਾਬ ਸਾਹਿਬ ਦਾ ਕਿ ਉਹ ਇਸ ਲਾਈਵ ਸੈਸ਼ਨ ਨੂੰ ਟਾਈਮ ਦੇ ਰਹੇ ਨੇ ਸਰ ਬਹੁਤ ਬਹੁਤ ਸ਼ੁਕਰੀਆ ਸਰ ਸਲਾਮਤ ਰਹੋ ਆਬਾਦ ਰਹੋ ਤੁਸੀਂ ਬੜੀ ਖੁਸ਼ੀ ਹੋਈ ਸਰ ਤੁਹਾਨੂੰ ਨਾਲ ਵੇਖ ਕੇ ਅੱਲਾ ਤੁਹਾਨੂੰ ਆਬਾਦ ਰੱਖੇ ਔਰ ਸਲਾਮਤ ਰਹੋ ਜੀ ਇਰਫਾਨ ਅਬਦ ਸਾਹਿਬ ਕਹਿ ਰਹੇ ਨੇ ਕਿ ਪੁਰਕਸ਼ਿਸ਼ ਅੰਦਾਜ਼ ਹੈ ਆਪਣਾ ਸਾਹਿਬ ਸਾਦਗੀ ਮੇਂ ਵੀ ਬਾਦਸ਼ਾਹ ਲਗਤੇ ਹੈ ਹਮ ਕਿਆ ਕਹਿਣੇ ਜੀ ਕਿਆ ਕਹਿਣੇ ਜਨਾਬ ਔਰ ਮੀਆਂ ਨਵਾਜ਼ ਸਾਹਿਬ ਜੀ ਬਿਲਕੁਲ ਮੀਆਂ ਸਾਹਿਬ ਇਬਰਾਹੀਮ ਨੇ ਰੀਸੈਂਟਲੀ ਜਿਹੜਾ ਫਿਫਥ ਕਲਾਸ ਪਾਸ ਕੀਤੀ ਹੈ ਅੱਲਾਹ ਪਾਕ ਨੇ ਮਿਹਰਬਾਨੀ ਕੀਤੀ ਬਾਈ ਔਰ ਇਨਸ਼ਾਅੱਲਾ ਅੱਗੇ ਚੱਲੇਗਾ ਤੁਹਾਡੀਆਂ ਦੁਆਵਾਂ ਦੀ ਜ਼ਰੂਰਤ ਹੈ ਬਾਈ ਮੁਹੰਮਦ ਅਹਿਮਦ ਬਾਬਰ ਸਾਹਿਬ ਮੌਸਮ ਕਾਫੀ ਬਿਹਤਰ ਹੋ ਗਿਆ ਅਤੇ ਹੁਣ ਬਹਿ ਹੋ ਜਾਂਦਾ ਜੀ ਰਜ਼ਾਈਆਂ ਕੰਬਲਾਂ ਤੋਂ ਬਗੈਰ ਅਤੇ ਮੈਂ ਦੋਸਤਾਂ ਕੋਲ ਪੁੱਛਿਆ ਮੀਆਂ ਕੋਈ ਲੋੜ ਹੈ ਉਹਨਾਂ ਕਹਿੰਦੇ ਬਾਈ ਜਾਨ ਠੀਕ ਹੈ ਅਤੇ ਇਸ ਗੱਲੋਂ ਸਰ ਜਿਹੜਾ ਨਾ ਜੀ ਉਹਨਾਂ ਨੂੰ ਇੱਕ ਵਾਰੀ ਤਾਂ ਪੇਟੀ ਦੇ ਵਿੱਚ ਜਨਾਬ ਰੱਖ ਦਿੱਤਾ ਵੀ ਹੁਣ ਸਕੂਨ ਹੋ ਗਿਆ ਅਤੇ ਬੜੀ ਮਿਹਰਬਾਨੀ ਤੁਸੀਂ ਟਾਈਮ ਦੇ ਰਹੇ ਹੋ ਬਾਈ ਮੁਹੰਮਦ ਅਹਿਮਦ ਬਾਬਰ ਔਰ ਅਬਦੁਲਰਊਫ ਮੇਰ ਸਾਹਿਬ ਬਹੁਤ ਸ਼ੁਕਰੀਆ ਔਰ ਸ਼ਾਹਿਦ ਜ਼ਰਗਰ ਸਾਹਿਬ ਨੇ ਟਾਈਮ ਦੇ ਰਹੇ ਨੇ ਸਾਡੇ ਕਲਾਸ ਫੈਲੋ ਵੀ ਨੇ ਬੜੇ ਪਿਆਰੇ ਭਾਈ ਨੇ ਅੱਲਾ ਇਹਨਾਂ ਨੂੰ ਆਬਾਦ ਰੱਖੇ ਹਮੇਸ਼ਾ ਬੜੀ ਮੁਹੱਬਤ ਦਿੰਦੇ ਨੇ ਅਤੇ ਬਹੁਤ ਸ਼ੁਕਰੀਆ ਬਹੁਤ ਸੋਹਣੀ ਬੈਠਕ ਕਹਿ ਰਹੇ ਨੇ ਬਹੁਤ ਸ਼ੁਕਰੀਆ ਭਾਈ ਸ਼ਾਹਿਦ ਸਾਹਿਬ ਔਰ ਬਹੁਤ ਪਿਆਰਾ ਭਾਈ ਛੋਟਾ ਵੀਰ ਅੱਲਾ ਇਹਨੂੰ ਸਲਾਮਤ ਰੱਖੇ ਬੜਾ ਅੱਛਾ ਜ਼ੌਕ ਵੀ ਰੱਖਦਾ ਦੁਬਈ ਤੋਂ ਮੀਆਂ ਸੱਦਾਮ ਸਰਫਰਾਜ਼ ਵੱਟੂ ਮੀਆਂ ਸੱਦਾਮ ਸਰਫਰਾਜ਼ ਟਾਈਮ ਦੇ ਰਿਹਾ ਅੱਲਾ ਇਹਨਾਂ ਨੂੰ ਸਲਾਮਤ ਰੱਖਣ ਔਰ ਸਕਲੈਨ ਸਰਫਰਾਜ਼ ਦੀ ਕਮੀ ਮਹਿਸੂਸ ਹੁੰਦੀ ਹੈ ਯਾਰ ਸਕਲੈਨ ਨੂੰ ਮੇਰਾ ਸਲਾਮ ਕਿਹਾ ਜੀ ਸੱਦਾਮ ਜਿੰਦੇ ਵਾਸਤੇ ਰਹੋ ਔਰ ਸਮਰ ਖਾਨ ਮਗਸੀ ਸਾਹਿਬ ਟਾਈਮ ਦੇ ਰਹੇ ਨੇ ਮਗਸੀ ਸਾਹਿਬ ਬਹੁਤ ਸ਼ੁਕਰੀਆ ਬੜੀ ਮੁਹੱਬਤ ਅਤੇ ਵਧਾਂਗੇ ਜਨਾਬ ਅਸੀਂ ਸ਼ਹਿਜ਼ਾਦ ਡੋਗਰ ਬਿਲਕੁਲ ਇਸਰੇ ਮਨੀਬ ਜਾਵੇਦ ਨੂੰ ਤੁਸੀਂ ਸੁਣਿਆ ਬਿਲਕੁਲ ਨਵਾਮ ਉਸਨੇ ਬਿਲਕੁਲ ਇਸੇ ਤਰ੍ਹਾਂ ਸ਼ਹਿਜ਼ਾਦ ਸਾਹਿਬ ਵੀ ਸ਼ੇਰ ਕਹਿਣਾ ਸ਼ੁਰੂ ਕਰ ਰਹੇ ਨੇ ਅੱਲਾ ਇਹਨਾਂ ਨੌਜਵਾਨਾਂ ਨੂੰ ਬੜੀਆਂ ਇਸ ਤਰ੍ਹਾਂ ਤਰੱਕੀਆਂ ਦੇ ਔਰ ਇਸ ਸ਼ਹਿਰ ਦਾ ਨਾਂ ਜਿਹੜਾ ਹੈਗਾ ਦੂਰ ਦੂਰ ਤੱਕ ਰੋਸ਼ਨ ਕਰਨ ਔਰ ਸਲਾਮਤ ਰੱਖਣ ਅਤੇ ਇੱਕ ਵਾਰੀ ਫਿਰ ਅਰਜ਼ ਕਰਦਾ ਚੱਲਾਂ ਮੇਰੇ ਸਮੇਤ ਅਗਰ ਕੋਈ ਬਹਿਰ ਦਾ ਔਜ਼ਾਨ ਦਾ ਅਰੂਜ਼ ਦਾ ਕੋਈ ਮਾਮਲਾ ਹੋਵੇ ਤਾਂ ਇਹ ਸਮਝ ਕੇ ਦਰਗੁਜ਼ਰ ਕਰਿਆ ਜੇ ਕਿ ਤਾਲਬੇ ਇਲਮ ਨੇ ਅਤੇ ਇਨਸ਼ਾ ਅੱਲਾਹ ਤਾਲਾ ਆਹਿਸਤਾ ਆਹਿਸਤਾ ਰਿਆਜ਼ਤ ਦੇ ਨਾਲ ਕੰਮ ਨਿਖਰਦਾ ਜਾਏਗਾ ਅੱਲਾ ਨੇ ਚਾਹਿਆ ਤੁਹਾਡੀਆਂ ਮੁਹੱਬਤਾਂ ਨਾਲ ਰਹੀਆਂ ਅਤੇ ਹਾਫਜ਼ ਮੁਹੰਮਦ ਨਵਾਜ਼ ਕਾਲੂਕਾ ਵੱਟੂ ਆਈ ਲਵ ਹਵੇਲੀ ਲੱਖਾ ਸਰ ਤੁਸੀਂ ਹਵੇਲੀ ਲੱਖਾਂ ਨਾਲ ਮੁਹੱਬਤ ਕਰਦੇ ਹੋ ਅਸੀਂ ਜਨਾਬ ਬੜ ਸਾਹਿਬ ਤੁਹਾਡੇ ਨਾਲ ਮੁਹੱਬਤ ਕਰਦੇ ਹਾਂ ਤੁਹਾਡੀ ਗ੍ਰਾਂ ਨਾਲ ਮੁਹੱਬਤ ਕਰਦੇ ਹਾਂ ਔਰ ਤੁਹਾਡੇ ਇੱਕ ਬੋਲ ਨਾਲ ਮੁਹੱਬਤ ਕਰਦੇ ਹਾਂ ਜਿਹੜਾ ਤੁਸੀਂ ਹਵੇਲੀ ਲੱਖਾਂ ਲਈ ਜਜ਼ਬਾਤ ਰੱਖਦੇ ਹੋ ਪੂਰੇ ਹਵੇਲੀ ਵੱਲੋਂ ਲਵ ਯੂ ਟੂ ਹਾਫਜ਼ ਮੁਹੰਮਦ ਨਵਾਜ਼ ਕਾਲੂਕਾ ਸਾਹਿਬ ਔਰ ਬਹੁਤ ਪਿਆਰਾ ਭਾਈ ਅਹਿਮਦ ਬਾਬਰ ਟਾਈਮ ਦੇ ਰਿਹਾ ਬਹੁਤ ਸ਼ੁਕਰੀਆ ਔਰ ਕਾਮਰਾਨ ਕਾਮੀ ਸਾਹਿਬ ਬਹੁਤ ਸ਼ੁਕਰੀਆ ਟਾਈਮ ਦੇ ਰਹੇ ਹੋ ਔਰ ਅਲੀ ਰਜ਼ਾ ਸਾਹਿਬ ਅੱਲਾ ਕਰੀਮ ਤੁਹਾਨੂੰ ਵੀ ਸਲਾਮਤ ਰੱਖਣ ਬੜੀ ਮਿਹਰਬਾਨੀ ਭਾਈ ਔਰ ਮੁਹੰਮਦ ਅਬਦੁੱਲਾ ਸਾਹਿਬ ਤੁਹਾਡੇ ਹਾਲ ਪੁੱਛ ਰਹੇ ਨੇ ਕਿ ਉਮਰ ਭਾਈ ਕਿਆ ਹਾਲ ਹੈ ਅਤੇ ਅਲਹਮਦੁਲਿਲਾ ਮੁਰਸ਼ਿਦ ਤਗੜਾ ਹੈ ਜੀ ਬੜੀ ਮਿਹਰਬਾਨੀ ਬਿਲਕੁਲ ਬਲਕਿ ਤਗੜਾ ਕਰਨ ਦੀ ਪੋਜੀਸ਼ਨ ਦੇ ਵਿੱਚ ਵੀ ਹੈਗਾ ਅੱਲਾ ਇਹਨੂੰ ਹਮੇਸ਼ਾ ਨਹੀਂ ਰੱਖੇ ਅਤੇ ਜਨਾਬ ਅਲੀ ਅਕਬਰ ਸਾਹਿਬ ਬਹੁਤ ਸ਼ੁਕਰੀਆ ਅਲੀ ਅਕਬਰ ਟਾਈਮ ਦੇ ਰਹੇ ਹੋ ਬੜੀ ਮਿਹਰਬਾਨੀ ਅਤੇ ਜਨਾਬ ਸ਼ਹਿਜ਼ਾਦ ਡੋਗਰ ਸਾਹਿਬ ਹੁਸੈਨ ਖਾਨ ਵੀ ਦੇ ਬਾਈ ਹੁਸੈਨ ਖਾਨ ਸਾਹਿਬ ਟਾਈਮ ਦੇ ਰਹੇ ਨੇ ਉਹ ਦਰਅਸਲ ਨਾ ਮੇਰੇ ਕੋਲ ਜਿਹੜਾ ਇਹ ਜਿੱਥੇ ਮੈਂ ਦੇਖ ਰਿਹਾ ਇਹ ਹੈ ਸ਼ਾਨ ਚੁਗਤਾਈ ਸਾਹਿਬ ਦਾ ਮੋਬਾਈਲ ਉਹ ਫਿਰ ਜਿਹੜੇ ਦੋਸਤ ਇਹਨਾਂ ਦੀ ਫਰੈਂਡ ਲਿਸਟ 'ਚੋਂ ਹੈ ਨੇ ਠੀਕ ਹੈ ਮੇਰਾ ਖਿਆਲ ਹੈ ਉਹੀ ਇੱਧਰ ਮੇਰੇ ਕੋਲ ਸ਼ੋਅ ਹੋ ਰਹੇ ਨੇ ਜਾਂ ਕੋਈ ਥੋੜ੍ਹਾ ਜਿਹਾ ਲੇਟ ਆਉਂਦਾ ਇਸ ਵਜ੍ਹਾ ਤੋਂ ਉਹ ਵਾਚਿੰਗ ਦਾ ਨਹੀਂ ਸਮਝ 'ਚੋਂ ਆਉਂਦੀ ਨਾ ਵਾਚਿੰਗ ਹਾਂ ਵਾਚਿੰਗ ਦਾ ਥੋੜ੍ਹਾ ਇੱਧਰ ਰਹਿ ਜਾਂਦਾ ਅਤੇ ਜਮੀਲ ਅਹਿਮਦ ਸਾਹਿਬ ਟਾਈਮ ਦੇ ਰਹੇ ਨੇ ਬਹੁਤ ਸ਼ੁਕਰੀਆ ਸਰ ਤੁਸੀਂ ਸਾਡੇ ਨਾਲ ਹੋ ਜੀ ਜਮੀਲ ਸਾਹਿਬ ਅਤੇ ਹਮੇਸ਼ਾ ਰਹਿਣਾ ਅੱਲਾ ਆਬਾਦ ਰੱਖੇ ਅਸੀਂ ਵੀ ਤੁਹਾਡੇ ਲਈ ਬੈਠੇ ਹਾਂ ਭਰਾਵਾਂ ਨਾਲ ਗੱਪਸ਼ੱਪ ਲਾਉਣ ਲਈ ਅਤੇ ਸ਼ਹਿਜ਼ਾਦ ਡੋਗਰ ਯਾਰ ਕੁਛ ਸੁਣਾ ਦੇ ਯਾਰ ਅਸਲਾਮ ਅਲੈਕੁਮ ਬਹੁਤ ਨਵਾਜ਼ੀ ਸਰ ਇੱਕ ਗਜ਼ਲ ਪੇਸ਼ ਕਰੂੰਗਾ ਕਿ ਆਪਣੇ ਹੱਥ ਸੇ ਆਪਣੀ ਤਕਦੀਰ ਬਣਾ ਅੱਛਾ ਆਪਣੇ ਹੱਥ ਸੇ ਆਪਣੀ ਤਕਦੀਰ ਬਣਾ ਤੂੰ ਇਸ਼ਕ ਜੀਤ ਜਾਏ ਐਸੀ ਤਦਬੀਰ ਬਣਾ ਆਪਣੇ ਹੱਥ ਸੇ ਆਪਣੀ ਤਕਦੀਰ ਬਣਾ ਤੂੰ ਇਸ਼ਕ ਜੀਤ ਜਾਏ ਐਸੀ ਤਦਬੀਰ ਬਣਾ ਔਰ ਮੈਂ ਰਾਂਝਾ ਢੂੰਡ ਕੇ ਲਾਤਾ ਹੂੰ ਕਹੀਂ ਸੇ ਮੈਂ ਰਾਂਝਾ ਢੂੰਡ ਕੇ ਲਾਤਾ ਹੂੰ ਕਹੀਂ ਸੇ ਤੂੰ ਕਿਸੀ ਕਾਗਜ਼ ਪੇ ਕੋਈ ਹੀਰ ਬਣਾ ਮੈਂ ਰਾਂਝਾ ਢੂੰਡ ਕੇ ਲਾਤਾ ਹੂੰ ਕਹੀਂ ਸੇ
तू किसी कागज़ पे कोई हीर बना, फिर मानूं मैं तेरी कारीगरी मुसव्विर, फिर मानूं मैं तेरी कारीगरी मुसव्विर मेरे हंसते हुए यार की तस्वीर बना। वाह वाह, ये बड़ा अच्छा है यार, क्या बात है, बहुत नवाजिश सर, यार की तस्वीर, बहुत नवाजिश सर, बहुत अच्छा है, बहुत अच्छा है। फिर मानूं मैं तेरी कारीगरी मुसव्विर, मेरे हंसते हुए यार की तस्वीर बना, और मंजिल चाहता है मिल जाएगी तुझे, मंजिल चाहता है मिल जाएगी तुझे, इश्क की राह पे चल इश्क को पीर बना, इश्क की राह पे चल इश्क को पीर बना। माशाल्लाह। और आ मक्ता पेश खिदमत है कि आ मिल के बचाते हैं हम मिर्जे को, आ मिल के बचाते हैं हम मिर्जे को, मैं कुमान बनाता हूँ तो तीर बना, क्या कहने भाई शहजाद डोगरी, आप जींदे वसते रहो या लगे रहो और खिदमत करो यार, अल्लाह तुहानू सलामत रखे, आबाद रखे, साडा सासा वान वाले दिन चु शहर दा तुसी। और बहुत शुक्रिया जनाब अजीम खान साहब, अजीम खान साहब तुहाड़ियां दुआवें अलहमदुल्ला ठीक ठाक हाँ जनाब, तगड़े हाँ, और रब का बड़ा फजल तो बड़ा करम तो बड़ी मेहर है, तुहाड़े भरावां दे नाल गपशप ला रहे हाँ, तो तुहाड़ियां मुहब्बतां और दुआवां की जरूरत है। और सरवर वसाल साहब ने कुछ भेजे जी, देख ईमान, देख ईमान को कर लें अपनी वंड ज़रूरी है, कब्र मकाम है आखिर एक दिन डंड ज़रूरी है, और हटे ना कुफर से कोई तो बिल्कुल चंड ज़रूरी है। अच्छा यार, बड़ा बड़ा खूबसूरत कलाम है यार, क्या कहने कि देख ईमान को कर लें, देख ईमान को कर लें अपनी वंड ज़रूरी है, और कब्र मकाम है आखिर एक दिन डंड ज़रूरी है, और वेख ईमान को अपने कर लें अपनी वंड ज़रूरी है, और हटे ना कुफर से कोई तो बिल्कुल चंड ज़रूरी है। क्या बात है जनाब सरवर साहब, क्या मिक्सचर है जनाब उर्दू और पंजाबी का, और क्या तुसी वंड पाई, बहुत सोहना जनाब। और शमशाद अली साहब बहुत शुक्रिया सर, बड़ी मेहरबानी टाइम दे रहे हो सानू, अली अकबर भाई बहुत शुक्रिया, सलामत रहो, और फात तालिब साहब बहुत शुक्रिया जनाब, हैदर अली हैदर साहब, और बहुत प्यारा वीर, सलामत रवे, आबाद रवे, बड़े सारे मुकाबले पंजाब लेवल दे, डिस्ट्रिक्ट लेवल दे, और डिवीज़न लेवल दे विन किए, तो बड़ा काबिल और बड़ा स्पार कदबी हवाले के नाल भी बड़े इमकान है इस प्यारे भाई दे, छोटा वीर है, और सैयद अली हैदर मुहम्मदी ने ज्वाइन किया, बहुत शुक्रिया प्यारे वीर, अल्लाह तानू आबाद रखन और सलामत रखन, नेड़े हैगे जे हवेली हैगे जे आसे पासे हैगे जे आ जो बिस्मिल्ला उड़ीकते पाया, तो जे दूर हो तो फिर साढ़े नाल रहा जे। और मियाँ अफजल अहमद एडवोकेट साहब, लव यू टू मियाँ साहब, बड़ी बड़ी मेहरबानी जनाब, बड़ी मुहब्बत तुहाडे रंगे पढ़े लिखे दोस्त टाइम देंदे ने और इस गपशप च शरीक होंदे ने, बहुत शुक्रिया भाई, और बहुत प्यारा भाई, हमेशा बड़ी मुहब्बत देंदे ने और बहुत प्यार देंदे ने। साजिद हुसैन भुट्टा साहेब बहुत शुक्रिया सर, बड़ी मेहरबानी, हौसला वधाया दोस्तों का। और हैदर अली साहब बहुत शुक्रिया, और शाहिद जरगर साहब कह रहे ने मेरे हंसते हुए यार की तस्वीर बना, थोड़ा मिसरा पढ़ के शहजाद डोगर साहब जड़ा ना जरगर साहब दाद दे रहे ने, बहुत शुक्रिया शाहिद भाई। और जमील अहमद साहब बहुत शुक्रिया प्यारे भाई, और फहद तालब बहुत शुक्रिया प्यारे भाई, सलामत रहो। मोहम्मद असलम साहब टाइम दे रहे ने, बहुत शुक्रिया। और साजिद हुसैन भुट्टा साहब ने शेर भेजे जी कि बेहिमते ने जेड़े बह के शिकवा करन मुकद्दरां दा, क्या बात है जनाब, क्या बात है, बेहिमते ने जेड़े बह के शिकवा करन मुकद्दरां दा, उगन वाले उग पैंदे ने सीना पाड़ के पत्थरां दा, क्या बात, क्या बात, क्या बात, बहुत अच्छा बुड्ढा साहब, क्या उमदा इंतखाब है जनाब, बहुत उमदा, बहुत उमदा। और सरफराज खान जनाब बहुत शुक्रिया सर, टाइम दिता तुसी और टाइम दे रहे हो, बड़ी मेहरबानी। तो हैड सुलेमान की तो बहुत प्यारा वीर, अल्लाह आबाद रखे, बड़ा मुदब्बर और बड़ी इज्जत और एहतराम नाल पेश करन वाला, पेश आने वाला प्यारा भाई, खुद भी लिखा रही है, लिख रहा है और शेर कह रहे हैं, अल्लाह इन्होंने आबाद रखन। मोहम्मद इमरान वली बहुत शुक्रिया प्यारे भाई, और सब दोस्तों को सलाम कह रहे हैं जी, इमरान वली साहब वालेकुम अस्सलाम, जींदे रहो। और बहुत प्यारा वीर, अल्लाह आबाद रखे, मोहम्मद इमरान अशरफ, इमरान अशरफ साहब बहुत शुक्रिया जनाब, अज तुसी लाइव सैशन च भी आए, पोस्टां ते जनाब नूं वेखदे रहिंदा है, नाल रहा जे सर, टाइम दिया जे, ते इहदे नाल ही हजूर असी हुण वधांगे साडे शहर दा मुस्तकबिल इंशाअल्लाह, अदबी हवाले दे नाल। और बड़ा अच्छा शेर कह रहे हैं,
ਅਤੇ ਟਾਈਮ ਵੀ ਥੋੜ੍ਹਾ ਹੈ ਤੁਹਾਡੇ ਕੋਲ, ਸਾਡੇ ਕੋਲ ਤਾਂ ਬੜਾ, ਸਾਡੇ ਕੋਲ ਤਾਂ ਭਾਵੇਂ ਪੂਰੀ ਰਾਤ ਬੈਠੇ ਰਹੋ ਤੁਹਾਨੂੰ ਪਤਾ ਨਹੀਂ ਲੱਗਣਾ ਫਜਰ ਹੋ ਜਾਣੀ ਹੈ। ਅਤੇ ਮੁਰਸ਼ਦ ਸਦੀਕੀ ਸਾਹਿਬ, ਮੁਰਸ਼ਦ ਸਦੀਕੀ ਕੋ ਕੁਛ ਤਾਜ਼ਾ ਸੁਣਦੇ ਹਾਂ, ਫਰਮਾਇਸ਼ਾਂ 'ਤੇ ਵੀ ਟਿੱਕ ਲੱਗੇ ਪਏ ਨੇ। ਅਤੇ ਜਨਾਬ ਮੁਰਸ਼ਦ ਸਦੀਕੀ, ਬਿਸਮਿਲ੍ਲਾ। ਬੜੀ ਮਿਹਰਬਾਨੀ ਸ਼ਾਹਜ਼ੀਬ ਭਾਈ, ਬੜੀ ਨਵਾਜ਼ਿਸ਼, ਬੜਾ ਮਜ਼ਾ ਆ ਰਿਹਾ ਦੋਸਤਾਂ ਨਾਲ ਗੁਫ਼ਤਗੂ ਕਰਕੇ, ਅਤੇ ਸ਼ੇਰ ਵੀ ਤੁਹਾਡੇ ਪੜ੍ਹਦੇ ਹਾਂ ਨਾਲ ਨਾਲ, ਬਹੁਤ ਅੱਛਾ ਲੱਗ ਰਿਹਾ। ਗਜ਼ਲ ਹੈ, ਤਾਜ਼ਾ ਤਰੀਨ ਗਜ਼ਲ ਹੈ ਕਿ ਤੂੰ ਜੋ ਖੁਦ ਕੋ ਖੁਦਾ ਸਮਝਤਾ ਹੈ, ਤੂੰ ਜੋ ਖੁਦ ਕੋ ਖੁਦਾ ਸਮਝਤਾ ਹੈ, ਫਿਰ ਖੁਦਾ ਕੋ ਤੂੰ ਕਿਆ ਸਮਝਤਾ ਹੈ। ਬੜੀ ਮਿਹਰਬਾਨੀ, ਬੜੀ ਨਵਾਜ਼ਿਸ਼। ਤੂੰ ਜੋ ਖੁਦ ਕੋ ਖੁਦਾ ਸਮਝਤਾ ਹੈ, ਤੂੰ ਜੋ ਖੁਦ ਕੋ ਖੁਦਾ ਸਮਝਤਾ ਹੈ, ਫਿਰ ਖੁਦਾ ਕੋ ਤੂੰ ਕਿਆ ਸਮਝਤਾ ਹੈ। ਯਾਰ ਕਿਆ ਕਹਿਨੇ, ਉਸਕੀ ਬਾਤੋਂ ਮੇਂ ਖੁਦ ਨੁਮਾਈ ਹੈ। ਆਹਾ ਸ਼ਾਹਜ਼ੀਬ ਭਾਈ ਜੀ ਜੀ, ਉਸਕੀ ਬਾਤੋਂ ਮੇਂ ਖੁਦ ਨੁਮਾਈ ਹੈ, ਆਜਜ਼ੀ ਕੋ ਬੁਰਾ ਸਮਝਤਾ ਹੈ। ਉਸਕੀ ਬਾਤੋਂ ਮੇਂ ਖੁਦ ਨੁਮਾਈ ਹੈ, ਆਜਜ਼ੀ ਕੋ ਬੁਰਾ ਸਮਝਤਾ ਹੈ, ਜਿਸ ਕੋ ਇੱਜ਼ਤ ਅਤਾਈ ਜਾਤੀ ਹੈ। ਇਹ ਬੜਾ ਅੱਛਾ ਯਾਰ, ਅਤਾਈ ਬਿਲਕੁਲ ਨਯਾ ਹੈ, ਔਰ ਕਿਆ ਕਹਨੇ, ਬੜਾ ਜਿਸ ਕੋ ਇੱਜ਼ਤ ਅਤਾਈ ਜਾਤੀ ਹੈ, ਉਸ ਕੋ ਕਾਬਿਲ ਖੁਦਾ ਸਮਝਤਾ ਹੈ। ਖੂਨੇ ਦਿਲ ਸੇ ਕੁਸ਼ੀਦ ਕਰਤਾ ਹੂੰ, ਖੂਨੇ ਦਿਲ ਸੇ ਕੁਸ਼ੀਦ ਕਰਤਾ ਹੂੰ, ਤੂੰ ਜਿਸੇ ਮੌਜਜ਼ਾ ਸਮਝਤਾ ਹੈ। ਬੜੀ ਮਿਹਰਬਾਨੀ ਸੇ ਭਾਈ, ਖੂਨੇ ਦਿਲ ਸੇ ਕੁਸ਼ੀਦ ਕਰਤਾ ਹੂੰ, ਖੂਨੇ ਦਿਲ ਸੇ ਕੁਸ਼ੀਦ ਕਰਤਾ ਹੂੰ, ਤੂੰ ਜਿਸੇ ਮੌਜਜ਼ਾ ਸਮਝਤਾ ਹੈ, ਔਰ ਆਪਣੀ ਨਾਓ ਸਮੇਤ ਡੂਬੇਂਗੇ, ਆਪਣੀ ਨਾਓ ਸਮੇਤ ਡੂਬੇਂਗੇ, ਤੂੰ ਜਿਹਨੇ ਨਾ ਖੁਦਾ ਸਮਝਤਾ ਹੈ, ਆਪਣੀ ਨਾਓ ਸਮੇਤ ਡੂਬੇਂਗੇ। ਬੜੀ ਮਿਹਰਬਾਨੀ, ਆਪਣੀ ਨਾਓ ਸਮੇਤ ਡੂਬੇਂਗੇ, ਜਿਨਕੋ ਤੂੰ ਨਾ ਖੁਦਾ ਸਮਝਤਾ ਹੈ, ਤੂੰ ਨੇ ਸ਼ੋਹਰਤ ਅਜ਼ੀਜ਼ ਰੱਖੀ ਹੈ। ਤੂੰ ਨੇ ਇਰਫਾਨ ਨਜ਼ੀਰ ਭਾਈ ਕੀ ਨਜ਼ਰ, ਤੂੰ ਨੇ ਸ਼ੋਹਰਤ ਅਜ਼ੀਜ਼ ਰੱਖੀ ਹੈ, ਖੁਦ ਕੋ ਤੂੰ ਬਾਵਫਾ ਸਮਝਤਾ ਹੈ, ਤੂੰ ਨੇ ਸ਼ੋਹਰਤ ਅਜ਼ੀਜ਼ ਰੱਖੀ ਹੈ, ਖੁਦ ਕੋ ਤੂੰ ਬਾਵਫਾ ਸਮਝਤਾ ਹੈ, ਆਪਕੀ ਬਾਤ ਮੈਂ ਸਮਝਤਾ ਹੂੰ, ਆਪਕੀ ਬਾਤ ਮੈਂ ਸਮਝਤਾ ਹੂੰ, ਰੋਸ਼ਨੀ ਕੋ ਦੀਆ ਸਮਝਤਾ ਹੈ, ਆਪਕੀ ਬਾਤ ਮੈਂ ਸਮਝਤਾ ਹੂੰ, ਆਪਕੀ ਬਾਤ ਮੈਂ ਸਮਝਤਾ ਹੂੰ, ਰੋਸ਼ਨੀ ਕੋ ਦੀਆ ਸਮਝਤਾ ਹੈ, ਵੋ ਮੁਝੇ ਹਰ ਤਰ੍ਹਾਂ ਸੇ ਭਾਤਾ ਹੈ, ਵੋ ਮੁਝੇ ਹਰ ਤਰ੍ਹਾਂ ਸੇ ਭਾਤਾ ਹੈ, ਵੋ ਮੇਰਾ ਮੁੱਦਾ ਸਮਝਤਾ ਹੈ, ਵੋ ਮੁਝੇ ਹਰ ਤਰ੍ਹਾਂ ਸੇ ਭਾਤਾ ਹੈ। ਬੜੀ ਮਿਹਰਬਾਨੀ ਸੇ ਭਾਈ, ਵੋ ਮੁਝੇ ਹਰ ਤਰ੍ਹਾਂ ਸੇ ਭਾਤਾ ਹੈ, ਵੋ ਮੇਰਾ ਮੁੱਦਾ ਸਮਝਤਾ ਹੈ, ਆਜ ਬਹਿਕੇ ਹੋਏ ਇਰਾਦੇ ਹੈ, ਆਜ ਬਹਿਕੇ ਹੋਏ ਇਰਾਦੇ ਹੈ, ਤੇਰਾ ਮੁਰਸ਼ਦ ਅਦਾ ਸਮਝਤਾ ਹੈ, ਤੇਰਾ ਮੁਰਸ਼ਦ ਅਦਾ ਸਮਝਤਾ ਹੈ, ਆਜ ਬਹਿਕੇ ਹੋਏ ਇਰਾਦੇ ਹੈ, ਤੇਰਾ ਮੁਰਸ਼ਦ ਅਦਾ ਸਮਝਤਾ ਹੈ। ਕਿਆ ਕਹਿੰਦੇ ਵੋ, ਫਿਰ ਪੜ੍ਹੀ ਹੈ ਰੋਸ਼ਨੀ ਕੋ ਦੀਆ ਸਮਝ, ਹਾਂ ਕਿ ਆਪਕੀ ਆਪਕੀ ਬਾਤ ਮੈਂ ਸਮਝਤਾ ਹੂੰ, ਆਪਕੀ ਬਾਤ ਮੈਂ ਸਮਝਤਾ ਹੂੰ, ਰੋਸ਼ਨੀ ਕੋ ਦੀਆ ਸਮਝਤਾ ਹੈ, ਆਪਕੀ ਬਾਤ ਮੈਂ ਸਮਝਤਾ ਹੂੰ, ਰੋਸ਼ਨੀ ਕੋ ਦੀਆ ਸਮਝਤਾ ਹੈ। ਕਿਆ ਕਹਿਣੇ ਜੀ, ਕਿਆ ਕਹਿਣੇ, ਤਾਜ਼ਾ ਔਰ ਬਿਲਕੁਲ ਨਵਾਂ ਨਵੇਕਲਾ ਅਤੇ ਬੜਾ ਸੋਹਣਾ ਕਲਾਮ। ਔਰ ਸਲਾਮਤ ਰਹੋ ਮੁਰਸ਼ਦ ਸਦੀਕੀ, ਅੱਲਾਹ ਤੁਹਾਨੂੰ ਆਬਾਦ ਰੱਖੇ ਹਮੇਸ਼ਾ। ਔਰ ਕਿਆ ਉਮਦਾ ਗਜ਼ਲ ਪੜ੍ਹੀ ਯਾਰ, ਬੜਾ ਮਜ਼ਾ ਆਇਆ। ਔਰ ਨਾਸਰ ਖਾਨ ਸਾਹਿਬ ਟਾਈਮ ਦੇ ਰਹੇ ਨੇ, ਬਹੁਤ ਸ਼ੁਕਰੀਆ ਜਨਾਬ। ਸੱਦਾਮ ਸਰਫਰਾਜ਼ ਵੱਟੂ ਯਾਰ, ਬਿਲਕੁਲ ਜਨਾਬ ਤੁਹਾਡੇ ਲਈ ਇਹ ਪੂਰੀ ਗਜ਼ਲ ਹੀ ਅਸੀਂ ਮੁਰਸ਼ਦ ਸਦੀਕੀ ਦੀ ਤੁਹਾਡੀ ਨਜ਼ਰ ਕਰ ਦਿੱਤੀ ਜਨਾਬ, ਅਤੇ ਇਨਸ਼ਾਅੱਲਾ ਕੁਛ ਨਾ ਕੁਛ ਬਲਕਿ ਤੁਸੀਂ ਭੇਜੋ ਯਾਰ, ਸੁਣਾਓ ਕੋਈ ਇੰਤਖਾਬ, ਕੋਈ ਸ਼ੇਰ ਮਨਪਸੰਦ ਦਾ ਹੈ ਤਾਂ ਬਿਲਕੁਲ ਉਹਨੂੰ ਕਮੈਂਟ 'ਚ ਪੇਸਟ ਕਰੋ, ਅਸੀਂ ਤੁਹਾਡੇ ਹਵਾਲੇ ਦੇ ਨਾਲ ਬਿਲਕੁਲ ਦੋਸਤਾਂ ਨੂੰ ਸੁਣਾਵਾਂਗੇ। ਔਰ ਰਿਆਜ਼ ਗੁੱਜਰ ਸਾਹਿਬ ਟਾਈਮ ਦੇ ਰਹੇ ਨੇ, ਬਹੁਤ ਸ਼ੁਕਰੀਆ ਰਿਆਜ਼ ਗੁੱਜਰ ਸਾਹਿਬ, ਬੜੀ ਮਿਹਰਬਾਨੀ। ਔਰ ਹੌਸਲਾ ਅਫਜ਼ਾਈ ਫਰਮਾ ਰਹੇ ਹੋ, ਕਦਰ ਅਫਜ਼ਾਈ ਫਰਮਾ ਰਹੇ ਹੋ, ਟਾਈਮ ਦੇ ਰਹੇ ਹੋ, ਬੜੀ ਮਿਹਰਬਾਨੀ।
اور حافظ محمد نواز صاحب ممکن ہو سکے تو ہم کو بھی جی بسم اللہ بسم اللہ بھائی محمد نواز صاحب کالو کا بٹو صاحب گزارش ہے بھی یہ بیٹھک ہے جی تو یار بیلی جڑ جاتے ہیں تو گپ شپ چل رہی ہوں دیئے. یہ آج تو کچھ ہفتے پہلے تک تو اسی طرح سے بھی بس آپس میں گپ شپ کر کے اڑ جانا تو سارے آج کے لائیو سیشن جڑا کنٹرول کر رہے ہیں سارے بڑے پیارے ویر اللہ انہوں نے سلامت رکھے آصف خان گڈو صاحب. آصف خان گڈو نے کہا کہ یار آپ فیس بک کے دوستوں بھی نعرہ لا لیا کریے تو بس یہ بھائی جان عمومی جی نشست عام جی نشست کوئی بڑا مشاعرہ کوئی جہاں کوئی ماحول تو کوئی نہیں تو تسی بسم اللہ جدوں بھی تشریف لیا چاہو غریب خانے رونق بخشو ضرور تشریف لے کے آؤ جناب تو بالکل شامل ہوو تو اکٹھے بیٹھ کے سنا گے بھی بیلیاں تو سناواں گے بھی جناب بالکل تشریف لیا. اور حویلی لکھا واچنگ جی بہت شکریہ حویلی لکھا اور محمد اسماعیل جی بالکل بالکل مرشد صاحب دا مصرا پڑھ رہے ہیں خدا سمجھتا ہے اور بہت مہربانی سر. اور فہد طالب بہت شکریہ اور ثاقب عباس ثاقب صاحب بہت شکریہ سر ٹائم دے رہے ہو تو ابراہیم زیب بھی جناب آن لائن ہے بہت شکریہ ابراہیم زیب اور فہد طالب بہت شکریہ پیارے بھائی. اور حاجی مبشر علی صاحب ہائے کہہ رہے ہیں ہیلو سر ویلکم جناب بڑی مہربانی تسی ٹائم دیتا تے میرا خیال ہے بھائی ٹائم تہاڈے کو بھی تھوڑا جہا تے ساڈے کول بھی حساب دا تے تہاڈا بالکل وقت دا بھی مصروفیت دا بھی لحاظ ہے تے چند اشعار پیش خدمت کر کے اگر شان چکتا ہی کچھ سنانا چاہے تے بالکل کیوں جی شان صاحب کچھ ہے وہ زبانی یاد نہیں اصل مسئلہ ہے زبانی یاد نہیں. عمران ولی نے بھی کہی ہوئی ہے نظم بڑے دنوں کی کہہ رہا ہے تو وہ سنانی ہے عمران ولی دی بھی جی نظم آپ ان شاء اللہ تو اگر ہوں آن لائن ہوں ٹھیک ہے اگے آیا ہیلو کر کے گیا تو اگلی نشست کے نظم بھی پنجابی دی جی کوئی دوستوں سنا رہے ہیں تو ایویں چار مصرے سنا کے اجازت چاہواں گا بھراواں دے کولوں اپنی رائے فیڈ بیک یار ضرور دیں دے رہا کرو بڑا حوصلہ ملتا ہے بڑا مزہ آتا ہے کہ ٹوٹا تو پھر سمیٹ نہ پاؤ گے تم مجھے ٹوٹا تو پھر سمیٹ نہ پاؤ گے تم مجھے مجھ کو ذرا دھیان سے فضا میں اچھالنا. کیا بات ہے بہت شکریہ سر بہت شکریہ کہ ٹوٹا تو پھر سمیٹ نہ پاؤ گے تم مجھے مجھ کو ذرا دھیان سے فضا میں اچھالنا. کیا بات ہے اور جی بھر کے اپنا روب جماؤ چراغ پر. واہ 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 کیا عمدہ مصرع ہے. جی بھر کے اپنا روب جماؤ چراغ پر سورج کو تھوڑا سوچ کے آنکھیں نکالنا. سر بہت شکریہ سر بہت شکریہ کہ جی بھر کے اپنا روب جماؤ چراغ پر سورج کو تھوڑا سوچ کے آنکھیں نکالنا. جی بھر کے اپنا روب جماؤ چراغ پر سورج کو تھوڑا سوچ کے آنکھیں نکالنا. اور بہت شکریہ جناب بڑی محبت اور بڑا پیار تہاڈیاں سماعتاں دا تہاڈیاں بسارتاں دا بہت شکریہ. تو اجازت لین دا ویلا قریب آیا تو اپنا اویس نذیر وٹو صاحب دا جڑا ایک بڑا خوبصورت انہوں نے کوئی شعر بھیجا ہے تو اویس نذیر وٹو صاحب ہیڈ سلیمان کی تو سکونت اختیار کی تھی ہوئی ہے تو اتھے ہی مقیم نے تو پتہ نہیں اج کل جناب نے کتنے ڈیرے لائے ہوئے ہیں تو انہوں نے شعر ایک بھیجا جی کہ نہ کوئی چاپ نہ آہٹ نہ گفتگو نہ سوال. کیا اچھا یار بابا نہ کوئی چاپ نہ آہٹ نہ گفتگو نہ سوال کہاں لٹے ہیں خیالوں کے کارواں دیکھو. بھائی بابا کیا کہنے. اور اپنا ساجد حسین بھٹا صاحب کچھ کہہ رہے ہیں جی کہ مرشد صدیقی صاحب بہت خوب آپ کی بات میں سمجھتا ہوں روشنی کو دیا کی نظر میری طرف سے انتخاب. اچھا جی مرشد صدیقی صاحب دی نظر کیتا ہے جی اپنا ساجد حسین بھٹا صاحب نے کلام کہہ رہے ہیں کہ لالی تیرے بلاں دی لالی تیرے بلاں دی تے ایسی تیسی پھلاں دی اور انہیں بچوں کچھ نہ مینوں ایویں اگے پیچھے لگ رہا سی تیسی کر دتی اے پھلاں او اپنا بھٹا صاحب اس گلوں میں او ذرا ایک دو جڑے لفظ نے نا حذف کیتے نے دانستہ کہ لالی تیرے بلاں دی
ਤੇ ਐਸੀ ਤੈਸੀ ਫੁੱਲਾਂ ਦੀ ਯਾਰਾ ਮੇਰੇ ਗਲ ਦੀ ਫਾਈ ਅੱਛਾ ਯਾਰਾ ਮੇਰੇ ਗਲ ਦੀ ਫਾਈ ਬਣਾ ਲਈਏ ਤੇ ਮੇਰੇ ਵੱਲੋਂ ਦਿੱਤੀਆਂ ਹੋਈਆਂ ਖੁੱਲਾਂ ਦੀ ਕਿਆ ਬਾਤ ਹੈ ਯਾਰ ਕਿਆ ਬਾਤ ਕਿਆ ਬਾਤ ਬਹੁਤ ਅੱਛਾ ਜੀ ਕਿਆ ਬਾਤ ਹੈ ਬੁੱਟਾ ਸਾਹਿਬ ਬੜੀ ਕੀਮਤੀ ਸ਼ਿਰਕਤ ਜਨਾਬ ਬਹੁਤ ਸੋਹਣਾ ਕਲਾਮ ਅਦਾ ਫਰਮਾਇਆ ਬੜੀ ਮਿਹਰਬਾਨੀ ਯਾਰ ਚਾਏ ਵੀ ਆ ਗਈ ਹੈ ਅਤੇ ਜੇ ਬਰਾਤ ਤੁਸੀਂ ਹੁੰਦੇ ਤਾਂ ਬਹਿ ਕੇ ਰਲ ਕੇ ਇਕੱਠੇ ਆ ਪੀਂਦੇ ਅਤੇ ਇੰਜੋਏ ਕਰੋ ਯਾਰ ਸਲਾਮਤ ਰਹੋ ਜਿਉਂਦੇ ਰਹੋ ਵਸਦੇ ਰਹੋ ਆਬਾਦ ਰਹੋ ਸ਼ਾਦ ਰਹੋ ਤੁਹਾਡੇ ਨਾਲ ਗੱਪ ਸ਼ੱਪ ਹੋ ਜਾਂਦੀ ਹੈ ਸਾਡੀ ਵੀ ਤਬੀਅਤ ਬਹਿਲ ਜਾਂਦੀ ਹੈ ਮੈਂ ਇੱਕ ਵਾਰੀ ਫਿਰ ਅਰਜ਼ ਕਰਦਾ ਜਾਵਾਂ ਇਸ ਪ੍ਰੋਗਰਾਮ ਦੇ ਖਤਾਮ 'ਚੋਂ ਜਿਹੜੇ ਦੋਸਤ ਜਿਹੜੇ ਨੇ ਜਿਨ੍ਹਾਂ ਨੇ ਸਾਨੂੰ ਬਾਅਦ ਦੇ ਵਿੱਚ ਜੁਆਇਨ ਕਰਨਾ ਔਰ ਦੇਖਣਾ ਕਿ ਯਾਰ ਤੁਸੀਂ ਬਿਲਕੁਲ ਇਸ ਗੱਪ ਸ਼ੱਪ 'ਚ ਸਾਡੇ ਨਾਲ ਸ਼ਾਮਿਲ ਹੁੰਦੇ ਹੋ ਅਤੇ ਆਪਣਾ ਕੋਈ ਇੰਤਖਾਬ ਜਿਹੜਾ ਹੈ ਨਜ਼ਮ ਦਾ ਗਜ਼ਲ ਦਾ ਔਰ ਸ਼ੇਰ ਦਾ ਕਥਾ ਰੁਬਾਈ ਜੋ ਵੀ ਚੀਜ਼ ਤੁਹਾਨੂੰ ਅੱਛੀ ਲੱਗੇ ਉਰਦੂ 'ਚ ਹੋਵੇ ਪੰਜਾਬੀ 'ਚ ਹੋਵੇ ਅਤੇ ਉਹ ਜ਼ਰੂਰ ਜਿਹੜਾ ਹੈ ਅਤਾ ਫਰਮਾਇਆ ਕਰੋ ਔਰ ਸਾਡੇ ਨਾਲ ਸ਼ੇਅਰ ਕਰਿਆ ਕਰੋ ਅਸੀਂ ਇਨਸ਼ਾਅੱਲਾ ਤਾਲਾ ਤੁਹਾਡੇ ਹਵਾਲੇ ਨਾਲ ਦੋਸਤਾਂ ਤੀਕਰ ਲੈ ਕੇ ਆਵਾਂਗੇ ਔਰ ਫਹਾਦ ਤਾਲਿਬ ਸਾਹਿਬ ਕਹਿ ਰਹੇ ਨੇ ਕਿ ਖਾਮੋਸ਼ੀ ਕੀ ਜ਼ੁਬਾਨ ਵੀ ਬੜੀ ਪੁਰਅਸਰ ਹੈ ਕਭੀ ਕਭੀ ਖਾਮੋਸ਼ੀ ਕਾਰੀ ਜ਼ਰਬ ਲਗਾਤੀ ਹੈ ਐਸੀ ਜ਼ਰਬ ਜੋ ਸ਼ਾਇਦ ਅਲਫਾਜ਼ ਵੀ ਨਾ ਲਗਾ ਸਕੇ ਵਾਹ 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 ਬਾਤ ਕਹੀ ਯਾਰ ਫਹਾਦ ਤਾਲਿਬ ਬਹੁਤ ਅੱਛੀ ਬਾਤ ਕਹੀ ਤੁਸੀਂ ਬਹੁਤ ਅੱਛੀ ਬਾਤ ਕਹੀ ਔਰ ਆਪਣਾ ਇਰਫਾਨ ਆਬਦ ਸਾਹਿਬ ਨੇ ਵੀ ਕੁਛ ਭੇਜਿਆ ਕਿ ਗਲਤੀ ਸੇ ਵੀ ਤੂੰ ਮੇਰੇ ਜਨਾਜ਼ੇ ਕੋ ਕਾਂਧਾ ਨਾ ਦੇਣਾ ਇਹ ਦੋਸਤ ਕਹੀਂ ਤੇਰੇ ਸਹਾਰੇ ਸੇ ਫਿਰ ਮੈਂ ਜ਼ਿੰਦਾ ਨਾ ਹੋ ਜਾਊਂ ਅੱਲਾਹ ਤੁਹਾਨੂੰ ਜ਼ਿੰਦਾ ਰੱਖੇ ਭਾਈਜਾਨ ਹਮੇਸ਼ਾ ਸਲਾਮਤ ਰਹੋ ਔਰ ਆਬਾਦ ਰਹੋ ਔਰ ਚੈੱਕ ਦੇ ਮਹਿਕਦੇ ਰਹੋ ਔਰ ਅੱਲਾ ਬਖਸ਼ਾ ਫਰੀਦੀ ਸਾਹਿਬ ਵਰਕ ਵਰਕ ਤੇਰੀ ਇਬਾਰਤ ਤੇਰਾ ਫਸਾਨਾ ਤੇਰੀ ਹਕਾਇਤ ਅੱਛਾ ਹੈ ਅੱਲਾ ਬਖਸ਼ਾ ਕਿਆ ਕਹਿਣੇ ਵਰਕ ਵਰਕ ਤੇਰੀ ਇਬਾਰਤ ਤੇਰਾ ਫਸਾਨਾ ਤੇਰੀ ਹਕਾਇਤ ਕਿਤਾਬ ਹਸਤੀ ਜਹਾਂ ਸੇ ਖੋਲੀ ਤੇਰੀ ਮੁਹੱਬਤ ਕਾ ਬਾਬ ਨਿਕਲਾ ਬਈ ਵਾਹ 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 ਬਈ ਵਾਹ 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 ਅਲਾ ਬਖਸ਼ ਅਫਰੀਦੀ ਕਿਆ ਉਮਦਾ ਸ਼ੇਰ ਯਾਰ ਕਿਆ ਉਮਦਾ ਸ਼ੇਰ ਜੀਂਦੇ ਰਹੋ ਯਾਰ ਸਲਾਮਤ ਰਹੋ ਸਾਰੇ ਵੱਸਦੇ ਰਹੋ ਚੈੱਕਦੇ ਰਹੋ ਮਹਿਕਦੇ ਰਹੋ ਫੀਡਬੈਕ ਦਿੰਦੇ ਰਿਹਾ ਜੇ ਯਾਰ ਆਪਣੀਆਂ ਮੁਹੱਬਤਾਂ ਤੋਂ ਜਿਹੜਾ ਹੈ ਨਵਾਜ਼ਦੇ ਰਿਹਾ ਜੇ ਔਰ ਆਪਣਾ ਖੂਬਸੂਰਤ ਕਲਾਮ ਲੈ ਕੇ ਵੀ ਅਸੀਂ ਇਨਸ਼ਾਅੱਲਾ ਤਾਲਾ ਜਦੋਂ ਵੀ ਹਾਜ਼ਰ ਹੋਏ ਠੀਕ ਹੈ ਅਤੇ ਅਸੀਂ ਕਾਸਮ ਮੋਬਾਈਲ ਜੀ ਪਾਕਿਸਤਾਨ ਹਾਮਦ ਸ਼ੇਖ ਅੱਛਾ ਅੱਛਾ ਹਾਮਦ ਸ਼ੇਖ ਸਾਹਿਬ ਨੂੰ ਜੁਆਇਨ ਕੀਤਾ ਹਾਮਦ ਸ਼ੇਖ ਸਾਹਿਬ ਬਹੁਤ ਸ਼ੁਕਰੀਆ ਬੜਾ ਲੇਟ ਜੁਆਇਨ ਕੀਤਾ ਸਰ ਤੁਸੀਂ ਅਤੇ ਨੈਕਸਟ ਜਨਾਬ ਜ਼ਰਾ ਬਰ ਵਕਤ ਸਾਨੂੰ ਟਾਈਮ ਦਿਆ ਜੇ ਸਾਡੇ ਨਾਲ ਰਿਹਾ ਜੇ ਤੁਹਾਡੇ ਨਾਲ ਵੀ ਗੱਪਸ਼ੱਪ ਹੋਏਗੀ ਮਜ਼ਾ ਆਏਗਾ ਇਨਸ਼ਾ ਅੱਲਾਹ ਤਾਲਾ ਅਤੇ ਜਿੰਨੇ ਦੋਸਤ ਮਿੱਤਰ ਭਰਾ ਨੇ ਹੁਣ ਜੁਆਇਨ ਕੀਤਾ ਹੋਇਆ ਜਿਹੜੇ ਬਾਅਦ 'ਚ ਜੁਆਇਨ ਕਰਨਗੇ ਜਿਹਨੇ ਅੱਲਾ ਉਹਨਾਂ ਨੂੰ ਸਲਾਮਤ ਰੱਖੇ ਉਹਨਾਂ ਦੀਆਂ ਬੜੀਆਂ ਮੁਹੱਬਤਾਂ ਇਹ ਯਾਰਾਂ ਬੇਲੀਆਂ ਦੀ ਇਸ ਸੰਗਤ ਨੂੰ ਹੁਣ ਇਜਾਜ਼ਤ ਦਿਓ ਤੋਸੀਫ ਅਖਤਰ ਵੀ ਤੇ ਰਾਏ ਨਦੀਮ ਉਕਾੜਾ ਤੋਂ ਜੁਆਇਨ ਕਰਿਆ ਹੋਇਆ ਹੈ ਔਰ ਰਾਏ ਨਦੀਮ ਸਾਹਿਬ ਉਕਾੜਾ ਤੋਂ ਤੋਸੀਫ ਅਖਤਰ ਸਾਹਿਬ ਨੇ ਵੀ ਜੁਆਇਨ ਕੀਤਾ ਹੋਇਆ ਬਹੁਤ ਸ਼ੁਕਰੀਆ ਸਰ ਸਲਾਮਤ ਰਹੋ ਆਬਾਦ ਰਹੋ ਬੜੀ ਮਿਹਰਬਾਨੀ ਤੁਸੀਂ ਟਾਈਮ ਦੇ ਰਹੇ ਹੋ ਨਸ਼ਿਸ਼ਤ ਨੂੰ ਦੁਬਾਰਾ ਤੋਂ ਦੇਖਿਆ ਜੇ ਔਰ ਇਨਸ਼ਾਅੱਲਾ ਅਗਲੀ ਨਸ਼ਿਸ਼ਤ ਨੂੰ ਇਸ ਗੱਪਸ਼ੱਪ ਦੇ ਸੈਸ਼ਨ ਦੇ ਵਿੱਚ ਮੁਲਾਕਾਤ ਹੋਏਗੀ ਜਿਉਂਦੇ ਵਸਦੇ ਰਹੋ ਅੱਲਾ ਹਾਫਿਜ਼ ਅੱਲਾ ਹਾਫਿਜ਼